ਫਿਰ ਜੇ ਅਸੀਂ ਉਹਨਾਂ ਦੀ ਮੰਗ ਤੇ ਬੈਠ ਸਕਦਾ ਸਾਡੇ ਨਾਲ ਕਿਉਂ ਨਹੀਂ ਬੈਠ ਸਕਦੇ ਫਿਰ ਉਹ ਫੈਸਲਾ ਲੈਣ ਸਾਡੀ ਵੱਡੀ ਮੰਗ ਇਹ ਆ ਸਰਕਾਰ ਤੋਂ ਵੀ ਜਿਹੜੇ ਸਾਡੇ ਨਜਾਇਜ਼ ਬੰਦੀ ਕਰ ਰੱਖੇ ਨੇ ਜਿਨ੍ਹਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਸਕਦੀਆਂ ਉਹਨਾਂ ਨੂੰ ਕਿਹੜਾ ਕਾਨੂੰਨ ਕਹਿੰਦਾ ਵੀ ਤੁਸੀਂ ਉਹਨਾਂ ਨੂੰ ਬੰਦ ਕਰਕੇ ਰੱਖੋ ਦੱਸੋ ਮੈਨੂੰ ਕਿਹੜੇ ਦੇਸ਼ ਦਾ ਕਾਨੂੰਨ ਆ ਇਹ ਇੱਕ ਭਾਰਤ ਦਾ ਸਿੱਖਾਂ ਵਾਸਤੇ ਫਿਰ ਸਾਡੀ ਮੰਗ ਇਹ ਵੀ ਸ਼ਾਮਲ ਹੋਣੀ ਚਾਹੀਦੀ ਹੈ ਨਾਲ ਜੇ ਇਹਨਾਂ ਨੇ ਮੋਰਚਾ MSP ਤੇ ਲਾਉਣਾ ਅਸੀਂ ਬ੍ਰਿਟ ਇੱਥੇ ਬਿਲਕੁਲ ਡਟ ਕੇ ਬੈਠਾਂਗੇ ਨਹੀਂ ਜਾਂਦੇ ਛੱਡ ਕੇ ਜਿਹੜਾ ਦੇਖੋ ਕਾਂਗਰਸ ਦਾ ਰਮਨੀਤ ਬਿੱਟੂ MP ਉਹਨੇ ਐਲਾਨ ਕੀਤਾ ਸੀ ਇੱਥੇ ਖੜ ਕੇ ਮੂਵੀਆਂ ਕੱਢ ਕੇ ਦੇਖ ਲਓ ਵੀ ਜੇ ਸਰਕਾਰ 3 ਬਿੱਲ ਰੱਦ ਕਰਦੀ ਹੈ ਸਾਡਾ ਪਰਿਵਾਰ ਮੈਂ ਆਪ ਜਾ ਕੇ ਖੁਦ ਪ੍ਰਧਾਨ ਮੰਤਰੀ ਨੂੰ ਇਹ ਕਹਾਂਗਾ ਕਿ ਰਾਜੋਆਣੇ ਨੂੰ ਭਾਈ ਹਵਾਰੇ ਦਾ ਵੀ ਉਹਨੇ ਨਾਮ ਲਿਆ ਹਾਂਜੀ ਹਾਂਜੀ ਉਹਦੇ ਸਣੇ ਸਾਰੀ ਵੀ ਇਸ ਕੇਸ ਵਿੱਚ ਜਿੰਨੇ ਵੀ ਇਨਵੋਲਵ ਨੇ ਸਾਰੇ ਉਹ ਬਾਬ ਸੱਦਣੇ ਚਾਹੀਦੇ ਨੇ ਹੁਣ ਉਹ ਟਾਈਮ ਆ ਗਿਆ ਰਮਨੀਤ ਬਿੱਟੂ ਆਪਣੇ ਪਰਿਵਾਰ ਦੇ ਨਾਲ ਜਿਹੜਾ ਉਹ ਵਾਅਦਾ ਕੀਤਾ ਹੈ ਲੋਕਾਂ ਨੂੰ ਕਿਹਾ ਬੋਲਿਆ ਉਹਨੂੰ ਪਗਾਵੇ ਜੇ ਉਹ ਨਹੀਂ ਪਗਾਉਂਦਾ ਫਿਰ ਇਹ ਹੁਣ ਪੰਥ ਨੂੰ ਸੋਚਣਾ ਚਾਹੀਦਾ ਉਹਨਾਂ ਨੂੰ ਵੋਟਾਂ ਪਾ ਕੇ ਤੁਸੀਂ MP ਬਣਾਉਂਦੇ ਹੋ ਜਾਂ ਇਹਨਾਂ ਨੂੰ ਕੁਰਸੀਆਂ ਤੇ ਬਿਠਾਉਣੇ ਫਿਰ ਇਹ ਪੰਥ ਨੇ ਸੋਚਣਾ ਗਾਹਾਂ ਇਹਨਾਂ ਦਾ ਕੀ ਕਰਨਾ ਇਸ ਮੋਰਚੇ ਦੇ ਹਿੱਸਾ ਹੈਗਾ ਅਸੀਂ ਸਹਿਯੋਗੀ ਹੈਗੇ ਹਾਂ ਸਹਿਯੋਗ ਸਾਡਾ ਇਸ ਕਰਕੇ ਬਣਦਾ ਹੈ ਕਿਉਂਕਿ ਕਿਸਾਨ ਇਸ ਵੇਲੇ ਮਜ਼ਲੂਮ ਆ ਸਿੱਖ ਨੇ ਹਮੇਸ਼ਾ ਮਜ਼ਲੂਮ ਨਾਲ ਖੜੇ ਹੋਣਾ ਅਸੀਂ ਮਜ਼ਲੂਮ ਨਾਲ ਖੜੇ ਹਾਂ ਔਰ ਉਹਨਾਂ ਚਿਰ ਖੜੇ ਹਾਂ ਜਿੰਨਾ ਚਿਰ ਕਾਨੂੰਨ ਵਾਪਸ ਨਹੀਂ ਹੁੰਦਾ ਸਾਡਾ ਟਾਰਗੇਟ ਕਾਨੂੰਨ ਵਾਪਸ ਕਰਾਉਣਾ ਸੀ ਉਸ ਤੋਂ ਬਾਅਦ ਜੇ ਐਡ ਹੁੰਦੀਆਂ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਜੇ ਸਾਨੂੰ ਸ਼ਾਮਲ ਕਰਦੇ ਆ ਜੇ ਸਹਿਯੋਗੀ ਦੇ ਤੌਰ ਤੇ ਅਸੀਂ ਜਿੰਨਾ ਕਰਨਾ ਸੀ ਕਰਤਾ ਹੁਣ ਜੇ ਅਸੀਂ ਅਗਲੀ ਲੜਾਈ ਦੇ ਵਿੱਚ ਇਹਨੂੰ ਸਾਨੂੰ ਸ਼ਾਮਲ ਕਰਦੇ ਆ ਹਿੱਸਾ ਬਣਾਉਂਦੇ ਆ ਤੇ ਉਹਦੇ ਹਿੱਸੇ ਦੇ ਵਿੱਚ ਅਸੀਂ ਹਿੱਸੇਦਾਰ ਦੇ ਤੌਰ ਤੇ ਆਪਣੀਆਂ ਮੰਗਾਂ ਵੀ ਸ਼ਾਮਲ ਕਰਵਾਉਂਦੇ ਦਾ ਮਾਣ ਰੱਖਿਆ ਬਸਵਾ ਟੁੱਟਣ ਨਹੀਂ ਦਿੱਤਾ ਉਦੋਂ ਤੱਕ ਜਦੋਂ ਤੱਕ ਇਹ ਬਿੱਲ ਕਾਨੂੰਨੀ ਕਿਰਪਰਿਆ ਨਹੀਂ ਪੂਰੀ ਕਰ ਲੈਂਦੇ ਕਾਗਜ਼ੀ ਪੱਤਰ ਨਹੀਂ ਆ ਜਾਂਦੇ ਸਾਡੇ ਕੋਲੇ ਤੇ ਦੁਬਾਰਾ ਫਿਰ ਮੈਂ ਦੱਸਦਾ ਵੀ ਜੇ ਸਾਨੂੰ ਦੁਬਾਰਾ ਫਿਰ ਇਹਦੇ ਵਿੱਚ ਕਹਿਰ ਇੱਥੇ ਪੰਥ ਵੱਲੋਂ ਅਪੀਲ ਆਉਂਦੀ ਆ ਜਾਂ ਲੋਕਾਂ ਵੱਲੋਂ ਵੀ ਬੈਠੋ ਤੁਸੀਂ ਹਜੇ ਨਹੀਂ ਜਾਣਾ MSP ਦਾ ਮਾਮਲਾ ਜਾਂ ਹੋਰ ਆ ਅਸੀਂ ਬੈਠਾਂਗੇ ਬਰਾਬਰ ਦੀ ਧਿਰ ਬਣ ਕੇ ਤੇ ਉਹਦੇ ਵਿੱਚ ਪੰਥ ਦੀਆਂ ਮੰਗਾਂ ਵੀ ਫਿਰ ਸ਼ਾਮਲ ਕੀਤੀਆਂ ਜਾਣ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਹੋਵੇ ਬਸ ਆਹ ਗੱਲ ਆ ਸਾਡਾ ਤੁਸੀਂ ਪੰਥ ਦੀ ਵਾਰ ਵਾਰ ਗੱਲ ਕਰਦੇ ਹੋ ਸਾਡੇ ਤੇ ਪੰਥਾਂ ਐਂ ਕਰਦਾ ਪੰਥ ਜਿਹੜੇ ਮਜ਼ਦੂਰ ਨੂੰ ਹੁਣ ਤੱਕ ਵਰਤਿਆ ਇਹਨਾਂ ਨੇ ਜਿਹਦਾ ਨਾਂ ਲੈਂਦੇ ਰਹੇ ਨੇ ਹੁਣ ਤੱਕ ਸਾਲ ਦਾ ਉਹਨਾਂ ਦਾ ਇੱਕ ਵੀ ਲੀਡਰ ਦਿਖਾ ਦਿਓ ਉਹਨਾਂ ਦੀ ਕਿਹੜੀ ਮੰਗ ਪੂਰੀ ਕਰਤੀ ਵਿਚਾਰਿਆਂ ਦੀ ਵੀ ਉਹਨਾਂ ਦੇ ਖਿਲਾਫ ਉਹਨਾਂ ਨੂੰ ਕਿਉਂ ਐਵੇਂ ਧੱਕੇ ਨਾਲ ਹੀ ਸ਼ਾਮਲ ਕੀਤਾ ਗਿਆ ਸਾਨੂੰ ਤਾਂ ਧੱਕੇ ਮਾਰ ਕੱਢ ਦਿੱਤੇ ਇਹ ਪੰਥ ਨੂੰ ਤੇ ਉਹ ਮਜ਼ਦੂਰ ਨਾਂ ਦਾ ਉਹੀ ਨੌਂ ਸਾਲ ਵਰਤਦੇ ਰਹੇ ਨੇ ਉਹਨਾਂ ਦੀ ਮੰਗ ਦਿਖਾਓ ਇੱਕ ਵੀ ਉਹਨਾਂ ਦੀ ਕਿਹੜੀ ਸ਼ਾਮਲ ਕਰੀ ਇਹਨਾਂ ਦੇ ਸਾਡੇ ਤੁਸੀਂ ਵਾਰ ਵਾਰ ਪੱਤਰਕਾਰ ਕਹਿ ਐਂ ਕਰ ਦਿਓ ਐਂ ਕਰਦੇ ਹੋ ਪੰਥ ਉਹਦਾ ਜਵਾਬ ਦਿਓ ਮੈਨੂੰ ਪੱਤਰਕਾਰ ਦੇ ਜਵਾਬ ਦਾ ਜਦੋਂ ਫਸਲ ਵੱਢਣ ਨਹੀਂ ਆਉਂਦੀ ਉਹਨਾਂ ਨੂੰ ਵੀ ਇਹ ਮਤਾ ਨਹੀਂ ਪਾਉਣਾ ਚਾਹੀਦਾ ਕਿਸਾਨ ਸੰਯੁਕਤਾ ਮੋਰਚੇ ਵੱਲੋਂ ਵੀ ਮਜ਼ਦੂਰਾਂ ਦੀ ਇੰਨੀ ਪੱਕੀ ਦਿਹਾੜੀ ਕਰਤੀ ਸੀ ਮਜ਼ਦੂਰਾਂ ਨਾਲ ਖੜੇ ਆ ਅੱਜ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਿੰਘ ਸਾਹਿਬ ਬਾਬਾ ਮਾਨ ਸਿੰਘ ਜੀ 96 ਕਰੋੜੀ ਉਹਨਾਂ ਵੱਲੋਂ ਬਾਬਾ ਲਦੇਨ ਜੀ ਬਾਬਾ ਜੀ ਬੈਠੇ ਨੇ ਸ਼੍ਰੋਮਣੀ ਪੰਥ ਅਕਾਲੀ ਤਰਨ ਦਲ ਅਰਬਾਂ ਖਰਬਾਂ ਸਿੰਘ ਸਾਹਿਬ ਬਾਬਾ ਚੜ੍ਹਤ ਸਿੰਘ ਜੀ ਦਾਸ ਹਾਜ਼ਰ ਹੈ ਸ਼੍ਰੋਮਣੀ ਪੰਥ ਅਕਾਲੀ ਬਾਬਾ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲੇ ਉਹਨਾਂ ਵੱਲੋਂ ਭਾਈ ਸ਼ੇਰ ਸਿੰਘ ਜੀ ਹਾਜ਼ਰ ਨੇ ਸ਼੍ਰੋਮਣੀ ਪੰਥ ਅਕਾਲੀ ਤਰਨ ਦਲ ਦੇ ਸਿੰਘ ਸਾਹਿਬ ਬਾਬਾ ਨਰਾਇਣ ਸਿੰਘ ਜੀ ਉਹਨਾਂ ਵੱਲੋਂ ਬਾਬਾ ਜੀ ਵੀ ਹਾਜ਼ਰ ਨੇ ਸ਼੍ਰੋਮਣੀ ਪੰਥ ਅਕਾਲੀ ਤਰਨ ਦਲ ਦੇ ਸਿੰਘ ਸਾਹਿਬ ਬਾਬਾ ਗੁਰਸੇਵਕ ਸਿੰਘ ਜੀ ਸਾਡੇ ਵਿੱਚ ਮੌਜੂਦ ਨੇ ਸ਼੍ਰੋਮਣੀ ਪੰਥ ਅਕਾਲੀ ਬਾਬਾ ਤੀਰਾ ਸਿੰਘ ਜੀ ਸ਼੍ਰੋਮਣੀ ਪੰਥ ਅਕਾਲੀ ਤਰਨ ਦਲ ਦੇ ਬਾਬਾ ਬਲਵਿੰਦਰ ਸਿੰਘ ਉਡਣਾ ਦਲ ਵਾਲੇ ਉਹਨਾਂ ਦੀਆਂ ਫੌਜਾਂ ਮੌਜੂਦ ਨੇ ਸ਼੍ਰੋਮਣੀ ਪੰਥ ਅਕਾਲੀ ਤਰਨ ਦਲ ਸਿੰਘ ਸਾਹਿਬ ਬਾਬਾ ਮਾਨ ਸਿੰਘ ਜੀ ਮੜੀਆਂ ਵਾਲੇ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਬਾਪੂ ਗੁਰਦੀਪ ਸਿੰਘ ਜੀ ਡਿਬਡਵਾ ਸਾਹਿਬ ਉਹ ਵੀ ਸਾਡੇ ਵਿੱਚ ਹਾਜ਼ਰ ਨੇ ਅੱਜ ਇਹ ਪ੍ਰੈਸ ਕਾਨਫਰੰਸ ਦੁਬਾਰਾ ਫੇਰ ਜੋ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜਿਆਂ ਦੇ ਗੁਰਪੁਰਬ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਐਲਾਨ ਕੀਤਾ ਵੀ ਇਹ ਕਾਲੇ ਕਾਨੂੰਨ ਜਿਹੜੇ 3 ਕਾਨੂੰਨ ਬਣਾਏ ਸੀ ਉਹ ਵਾਪਸ ਹੋ ਜਾਣਗੇ ਰਸਮੀ ਐਲਾਨ ਹੋਇਆ ਸਾਰੇ ਕਿਸਾਨਾਂ ਨੇ ਮਜ਼ਦੂਰਾਂ ਨੇ ਸਾਰਿਆਂ ਨੇ ਬਹੁਤ ਖੁਸ਼ੀ ਮਨਾਈ ਆ ਅਤੇ ਉਹਨਾਂ ਨੇ ਇਹ ਵੀ ਐਲਾਨ ਕੀਤਾ ਸੀ ਵੀ ਆਉਣ ਵਾਲਾ ਜਿਹੜਾ 17 ਸੈਸ਼ਨ ਆ ਉਹਦੇ ਵਿੱਚ ਇਹ ਸੈਸ਼ਨ ਸੱਦ ਕੇ ਉਹਦੇ ਵਿੱਚ ਬਕਾਇਦਾ ਇਹਨੂੰ ਰੱਦ ਕੀਤਾ ਜਾਊਗਾ।
ਹੁਣ ਅਸੀਂ ਸਾਰੇ ਜਿੰਨੇ ਵੀ ਇੱਥੇ ਦਲ ਪੰਥ ਬੈਠੇ ਨੇ, ਜਿੰਨਾ ਵੀ ਕਿਸਾਨ ਬੈਠਾ, ਮਜ਼ਦੂਰ ਬੈਠਾ, ਧਰਨੇ ਲਾ ਕੇ ਉਸ ਦਿਨ ਦਾ ਅਸੀਂ ਇੰਤਜ਼ਾਰ ਕਰਦੇ ਹਾਂ ਜਿਸ ਦਿਨ ਸੰਸਦ ਦੇ ਵਿੱਚ ਇਹ ਜਿਹੜੇ ਕਾਨੂੰਨ ਨੇ ਉਹ ਰੱਦ ਹੋਣਗੇ। ਜਦੋਂ ਕਾਨੂੰਨ ਰੱਦ ਹੋਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ, ਕਾਨੂੰਨ ਰੱਦ ਹੋ ਗਏ, ਉਹ ਮਤਾ ਪੈ ਗਿਆ, ਉਹ ਪਾਸ ਹੋ ਗਿਆ, ਰੱਦ ਹੋਣ ਦਾ ਸਾਰਾ ਕੁਛ ਜਿਹੜੀ ਕਾਰਵਾਈ ਉਹ ਆ ਗਈ, ਸਾਰੇ ਮੀਡੀਆ ਦੇ ਵਿੱਚ ਪਤਾ ਲੱਗ ਗਿਆ ਵੀ ਹਾਂ ਬਿਲਕੁਲ ਹੁਣ ਲਿਖਤੀ ਰੂਪ ਦੇ ਵਿੱਚ ਇਹ ਰੱਦ ਹੋ ਚੁੱਕੇ ਨੇ। ਫਿਰ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ, ਸਮੁੱਚਾ ਕਿਸਾਨ ਜਥੇਬੰਦੀਆਂ, ਨੌਜਵਾਨ ਜਥੇਬੰਦੀਆਂ ਜਿੰਨਾ ਵੀ ਹੈ, ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ, ਸਮੁੱਚਾ ਭਾਰਤ ਅਤੇ ਪੂਰੇ ਵਰਲਡ ਦੀਆਂ ਸਿੱਖ ਸੰਗਤਾਂ ਵੱਲੋਂ ਰਲ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ ਜਾਊਗਾ। ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕੀਤਾ ਜਾਣਾ, ਅਰਦਾਸ ਬੇਨਤੀ ਹੋਣੀ ਆ ਜਿਹੜੇ ਸ਼ਹੀਦ ਇੱਥੇ ਮੋਰਚੇ ਦੇ ਵਿੱਚ ਹੋਏ ਨੇ, ਸਾਡੇ ਨੌਜਵਾਨ ਭਾਈ ਨਵਰੇਜ ਸਿੰਘ ਜੀ ਡਿਬਟਵਾ ਸਾਹਿਬ, ਹੋਰ ਕਿਸਾਨ, ਸੰਤ ਬਾਬਾ ਰਾਮ ਸਿੰਘ ਜੀ ਸਿੰਘੜੇ ਵਾਲੇ ਜਿਨ੍ਹਾਂ ਨੇ ਵੀ ਸ਼ਹਾਦਤ ਦਿੱਤੀ ਹੈ, ਗੋਲੀ ਮਾਰ ਕੇ ਆਪਣਾ ਸ਼ਹਾਦਤ ਦਿੱਤੀ ਹੈ, ਨਾ ਕਿਸਾਨਾਂ ਦੁੱਖ ਸਹਾਰਦੇ ਹੋਏ ਹੋਰ ਵੀ ਬਹੁਤ ਸਾਰੇ ਨੌਜਵਾਨ ਸ਼ਹੀਦ ਹੋਏ ਨੇ। ਯੂਪੀ ਦੇ ਵਿੱਚ ਕਿਸਾਨਾਂ ਨੂੰ ਦਲੜ ਕੇ ਮਾਰਿਆ ਗਿਆ, ਸ਼ਹੀਦ ਕੀਤਾ ਗਿਆ, ਗੋਲੀਆਂ ਮਾਰੀਆਂ ਗਈਆਂ, ਕੁੱਟ ਕੇ ਮਾਰਿਆ ਗਿਆ ਕਰਨਾਲ ਦੇ ਵਿੱਚ। ਸਮੁੱਚੇ ਜੋ ਇਸ ਮੋਰਚੇ ਦੇ ਸ਼ਹੀਦ ਨੇ ਉਹਨਾਂ ਨੂੰ ਵੀ ਉਹ ਸਮਰਪਿਤ ਅਖੰਡ ਪਾਠ ਸਾਹਿਬ ਉਹਨਾਂ ਦੀ ਯਾਦ ਦੇ ਵਿੱਚ ਸਤਿਗੁਰਾਂ ਸ਼ੁਕਰਾਨਾ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਊਗਾ। ਫਿਰ ਇਹ ਜਿਹੜਾ ਇੱਥੋਂ ਨਿਹੰਗ ਸਿੰਘ ਜਥੇਬੰਦੀਆਂ ਗੁਰਦੁਆਰਾ ਸੀਸਗੰਜ ਸਾਹਿਬ, ਰਕਾਬਗੰਜ ਸਾਹਿਬ, ਬੰਗਲਾ ਸਾਹਿਬ ਉੱਥੇ ਵੀ ਦਰਸ਼ਨ ਕੀਤੇ ਜਾਣਗੇ, ਉੱਥੇ ਵੀ ਸਤਿਗੁਰਾਂ ਦਾ ਸ਼ੁਕਰਾਨਾ ਕੀਤਾ ਜਾਵੇਗਾ ਕਿਉਂਕਿ ਦਿੱਲੀ ਦੀਆਂ ਗੁਰੂਆਂ ਦੇ ਬੈਠੇ ਇੱਥੇ। ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਹਿੰਦੂ ਧਰਮ ਬਚਾਉਣ ਵਾਸਤੇ ਇੱਥੇ ਬਲੀਦਾਨ ਦਿੱਤਾ, ਉਹਨਾਂ ਦਾ ਵੀ ਸ਼ੁਕਰ ਗੁਜ਼ਾਰ ਹਾਂ। ਉੱਥੇ ਵੀ ਅਸੀਂ ਸ਼ੁਕਰਾਨੇ ਦੀ ਅਰਦਾਸ ਕਰਕੇ ਆਵਾਂਗੇ। ਭੋਗ ਉਪਰੰਤ ਰਾਗੀ ਢਾਡੀ ਸਿੰਘਾਂ ਨੇ ਇੱਥੇ ਕਥਾ ਕੀਰਤਨ ਕਰਨਾ, ਵੱਡੀ ਪੱਧਰ ਦੇ ਸਮਾਗਮ ਹੋਣੇ ਨੇ ਅਤੇ ਉਸ ਤੋਂ ਬਾਅਦ ਨਿਹੰਗ ਸਿੰਘ ਜਥੇਬੰਦੀਆਂ ਸਾਰੇ ਜੋ ਅਸੀਂ ਇਹ ਮੋਰਚਾ ਜਿਹੜਾ ਲੜਿਆ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤਾਬਿਆ ਲੜਿਆ ਗਿਆ ਨਿਸ਼ਾਨਾ ਹੇਠ। ਪੰਥ ਆ ਜਦੋਂ ਹਮੇਸ਼ਾ ਮੋਰਚਾ ਲੱਗਦਾ ਉਹ ਨਿਸ਼ਾਨਾ ਦੀ ਤਾਬਿਆ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਲੜਿਆ ਜਾਂਦਾ ਹੈ। ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਮੰਨ ਰਹੇ ਨੇ, ਆਪ ਇਸ ਮੋਰਚੇ ਦੀ ਅਗਵਾਈ ਕਰਦੇ ਰਹੇ ਨੇ ਅਤੇ ਮੋਰਚਾ ਵੀ ਫਤਿਹ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦੇ ਪ੍ਰਕਾਸ਼ ਦਿਹਾੜੇ 'ਤੇ ਇਹ ਐਲਾਨ ਹੋਇਆ, ਰੱਦ ਬਿੱਲ ਹੋਏ ਨੇ ਜਿਹੜੇ ਰਸਮੀ ਤੌਰ 'ਤੇ ਸੰਸਦ ਦੇ ਵਿੱਚ ਵੀ ਪਾਸ ਹੋ ਜਾਣੇ ਆ, ਅਸੀਂ ਉਸ ਦਿਨ ਦਾ ਇੰਤਜ਼ਾਰ ਕਰਾਂਗੇ। ਅਤੇ ਫਿਰ ਅਸੀਂ ਸ਼ੁਕਰਾਨਾ ਕਰਕੇ ਇੱਥੋਂ ਨਿਸ਼ਾਨਾ ਦੀ ਤਾਬਿਆ ਧੌਂਸਿਆਂ ਨਗਾਰਿਆਂ ਨੇ ਘੋੜਿਆਂ 'ਤੇ ਸਵਾਰ ਹੋ ਕੇ ਨਿਹੰਗ ਸਿੰਘ ਫੌਜਾਂ ਪੂਰੇ ਇੱਥੋਂ ਤਿਆਰ ਪ੍ਰਤਿਆਰ ਹੋ ਕੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਆਪਣੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚਾਲੇ ਪਾਏ ਜਾਣਗੇ। ਸਾਰਿਆਂ ਨੇ ਜਾਣਾ, ਆਪਾਂ ਨੇ ਚੜ੍ਹਦੀ ਕਲਾ ਦੇ ਨਾਲ ਪੂਰੀ ਧੂਮ ਧੂਮ ਦੇ ਨਾਲ ਸੰਗਤਾਂ ਨੇ ਬਹੁਤ ਸਤਿਕਾਰ ਕਰਨਾ ਹੈ। ਇੱਥੋਂ ਜਿਹੜਾ ਪੜਾਅ ਚੱਲਿਆ ਜੋ ਉਹ 2-3 ਪੜਾਅ ਰਾਹ ਦੇ ਵਿੱਚ ਕੀਤੇ ਜਾਣ ਕਿਉਂਕਿ ਇੱਥੋਂ ਬਹੁਤ ਦਮਦਸਾ ਸਾਹਿਬ ਦੂਰ ਹੈ, ਇੱਕ ਦਿਨ 'ਚ ਨਹੀਂ ਜਾਇਆ ਜਾਣਾ, 2-3 ਉੱਥੇ ਪੜਾਅ ਰਾਹ ਦੇ ਵਿੱਚ ਕੀਤੇ ਜਾਣਗੇ, ਉਹ ਬਣਾਈ ਜਾ ਰਹੀ ਹੈ। ਅਸੀਂ ਸਿਰਫ ਇੰਤਜ਼ਾਰ ਉਸ ਟਾਈਮ ਦਾ ਦਿਨ ਦਾ ਕਰ ਰਹੇ ਹਾਂ ਜਦੋਂ ਇਹ ਬਿੱਲ ਰੱਦ ਹੋਣਗੇ, ਸੰਸਦ ਦੇ ਵਿੱਚ ਮਤਾ ਪਊਗਾ, ਉਸ ਤੋਂ ਬਾਅਦ ਅਗਲੀ ਪ੍ਰਕਿਰਿਆ ਜਿਹੜਾ ਦਿਨ ਆ ਉਹ ਚੁਣਿਆ ਜਾਊਗਾ, ਕਿਹੜੀ ਡੇਟ ਆਉਂਦੀ ਆ, ਕਿਸ ਦਿਨ 'ਤੇ ਇਹ ਸਾਰੀ ਪ੍ਰਕਿਰਿਆ ਖਤਮ ਹੁੰਦੀ ਹੈ। ਇੱਧਰੋਂ ਰਾਦਾਂ ਦੀ ਫਿਰ ਸਾਰਾ ਸਮੁੱਚਾ ਪੰਥ ਇਕੱਤਰ ਹੋ ਕੇ ਗੁਰੂ ਸਾਹਿਬ ਸਰਕਾਰ ਕਰਾਨੇ ਕਰਨੇ ਆ ਅਤੇ ਇਹ ਪ੍ਰੋਗਰਾਮ ਜਿਹੜੇ ਇਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸਾਰੀਆਂ ਪੰਥ ਵੱਲੋਂ ਇਹ ਪ੍ਰੋਗਰਾਮ ਉਲੀਕਿਆ ਗਿਆ ਜੀ। ਇਹ ਉਸ ਤੋਂ ਬਾਅਦ ਇਹ ਪ੍ਰਕਿਰਿਆ ਜਿਹੜੀ ਸ਼ੁਰੂ ਹੋਣੀ ਹੈ। ਬਾਬਾ ਜੀ ਜਿਵੇਂ ਨਗਰ ਕੀਰਤਨ ਜਾਂਦਾ ਨੌਵੇਂ ਪਾਲਕੀ ਸਾਹਿਬ ਸਜਾ ਕੇ ਜਾਇਆ ਜਾਊਗਾ ਜਾਂ ਵੈਸੇ ਕਾਫਲੇ ਦੇ ਤੌਰ 'ਤੇ ਜਾਇਆ ਜਾਊਗਾ? ਨਹੀਂ ਨਹੀਂ, ਅਸੀਂ ਗੁਰੂ ਸਾਹਿਬ ਦੀ ਦੇਖੋ ਤਾਬਿਆ ਦੇਖੋ ਜਦੋਂ ਅਸੀਂ ਇੱਥੇ ਆਏ ਹਾਂ ਉਦੋਂ ਵੀ ਗੁਰੂ ਸਾਹਿਬ ਦੇ ਸਰੂਪ ਨਾਲ ਆਏ ਨੇ, ਪਾਲਕੀ ਸਾਹਿਬ ਦੇ ਵਿੱਚ ਸਹਿਜ ਸੁਭਾਏਮਾਨ ਨੇ, ਅੱਜ ਵੀ ਸਤਿਗੁਰੂ ਮਹਾਰਾਜ ਖੁੱਲ੍ਹੇ ਦਰਸ਼ਨ ਦਾਤ ਦੇ ਰਹੇ ਨੇ। ਸਮਾਪਤੀ ਉਪਰੰਤ ਵੀ ਅਖੰਡ ਪਾਠ ਸਾਹਿਬ ਹੋਣਗੇ ਅਤੇ ਸਤਿਗੁਰੂ ਮਹਾਰਾਜ ਦੀ ਅਗਵਾਈ ਦੇ ਵਿੱਚ ਉਹ ਨਗਰ ਕੀਰਤਨ ਦੇ ਰੂਪ ਦੇ ਵਿੱਚ ਉਹ ਜਿਹੜਾ ਕਾਫਲਾ ਜਾਣਾ ਸਤਿਗੁਰੂ ਮਹਾਰਾਜ ਜੀ ਉਹਦੀ ਅਗਵਾਈ ਆਪ ਕਰਨਗੇ ਕਿਉਂ ਮੋਰਚੇ ਦੀ ਅਗਵਾਈ ਉਹਨਾਂ ਨੇ ਕੀਤੀ ਆ ਅਤੇ ਇੱਥੋਂ ਜਿਹੜਾ ਕਾਫਲਾ ਉਹਦੀ ਵੀ ਗੁਰੂ ਸਾਹਿਬ ਨੇ ਅਗਵਾਈ ਕਰਨੀ ਆ ਪੰਜਾਂ ਪਿਆਰਿਆਂ ਨੇ। ਉਸ ਤੋਂ ਬਾਅਦ ਨਿਹੰਗ ਸਿੰਘ ਜਥੇਬੰਦੀਆਂ ਵਾਸਤੇ ਇੱਕ ਜਿਹੜੀ ਗੱਡੀ ਆ ਉਹ ਤਿਆਰ ਕੀਤੀ ਗਈ ਹੈ, ਜਾ ਰਹੀ ਆ, ਉਹਦੇ ਵਿੱਚ ਆਪਣੇ ਨਿਹੰਗ ਸਿੰਘ ਜਥੇਬੰਦੀਆਂ ਮੁਖੀ ਸਾਹਿਬਾਨ, ਉਸ ਤੋਂ ਪਿੱਛੇ ਪਾਲਕੀ ਸਾਹਿਬ ਤੋਂ
कीर्तन वाली, फिर और पिछले निहंग सिंह फौजां की गड्डी जाऊगी। तो उस तो बाद होर जिमें जिमें इत जे मोर्चे के विराजमान ने वो सारे पिछे पिछे हो हांजी असि सारे समुचे किसान जो संयुक्त मोर्चा ओनू भी अपील की उस दिन जिस दिन अपने गुरु साहब का इतने प्रोग्राम किया गया 20 तारीख नूं उत्थे मैं बोल के आया स्टेज के उत्ते भी समुचे किसान जिहड़ा संयुक्त मोर्चा सी उन्होंने भी अपील कर तुसीं भी जाओ क्योंकि असीं सतगुरु दे शुकराना करना। गुरु साहब का बहुत वड्डा इह जिहड़ा मोर्चा सीगा एक पंजाब तों उठ के हरियाणे दे विच अपने एक राजस्थान दे विच हुंदा होया यूपी पूरे भारत दे विच भारत तों उठ के पूरे वर्ल्ड दे विच मोर्चा देखो गया एक साल दे विच बहुत उतरा चढ़ाया इन्हें। देखो जो मोर्चे लगते ने फिर शहीदियां भी होंदिया ने फिर जेलां भी होंदिया ने परचे दर्ज भी होंदे ने बहुत कुछ देखना पैंदा। इस मोर्चे दौरान शहीदियां भी हुई ने परचे भी दर्ज हुए ने नौजवानों की गिरफ्तारी भी हुई जेलां भी हुई ने सारा कुछ ही होया। असी इत्थे बैठ के अपने पिंडियां ते झल्लिया ये हड्डी हंडाया इत्थे साल दे विच बहुत उतरा चढ़ाए ने ते फिर साडा सारिआं दा फर्ज बणदा जिहड़ियां किसान जथेबंदियां ने मजदूर जथेबंदियां ने असीं सारिआं नूं इह नाल लै के चलेंगे भी आओ आपां गुरु साहब का शुकराना करिए जिन्हां ने यह फतेह दुबारा फिर साडी झोली दे विच पाई आ। ते इह खालसा पंथ ने कई इतिहासकार 19 वारी लिखते ने कई इतिहासकार ने 17 वारी भी लिखी है भी जीती है दिल्ली पर चाहे 17 वार जीती चाहे 20 वारी जीती है हुण खालसे ने 20वीं वारी एक बार फिर यह जिहड़ी दिल्ली आ फतेह की आ चढ़दी कला दे नाल जिन्ना यह मोर्चा चढ़दी कला दा लग्गिया शहीदियां हुई ने उन्नी शानदार इन्हे जित प्राप्त की है। बाबा जी जिन्हें जथेदार बघेल सिंह दे समय जां उस तों पहला खालसा फौजां दे समय जां उस तों बाद जिन्नी वारी भी दिल्ली जीती है उत्थे शहादतां होईयां ने जां वड्डे पद्धर दे उत्ते जिहड़ियां कुरबानियां होईयां ने उन्हां दी किते ना किते पंथ ने यादगार उसारी आ। साडा इह सवाल आ कि इह सिंधू बॉर्डर दे उत्ते एक इतिहास सिरजिया गया इस सदी दा सब तों लम्मा ते पूरी दुनिया दे विच इह संघर्ष दी जिहड़ी धाक पई आ इह हद्दां बन्ने टप गया संघर्ष ते इहदे ते बहुत ज्यादा कुरबानियां होईयां ने इस संघर्ष लई इहदा इहदी कोई यादगार जां इहदा कोई इदां दा पंथ वल्लों कोई उलीकी गई आ। देखो असी सारे समुचे पंथ दे नाल असी विचार वटांदरा कर रहे हां गल्लां हो रही वचन हो रहे ने जथेबंदियां नाल सारिआं दा हां पक्की हुंगारा मिल रहा इत्थे जिहड़ा देखो इह फर्ज बणदा ਜਦੋਂ ਵੀ ਜੰਗ ਜਿੱਤੀ ਜਾਂਦੀ ਹੈ ਜਿੱਥੇ ਜੰਗ ਲੜਿਆ ਜਾਂਦਾ ਹੋਵੇ ਜਿੱਤਿਆ ਜਾਂਦਾ ਹੋਵੇ ਆਪਾਂ ਦੇਖੀਏ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਲੜੇ ਗਏ ਜੰਗ ਅਤੇ ਜਿੱਥੇ ਵੀ ਜੰਗਾਂ ਹੋਈਆਂ ਉੱਥੇ ਇਤਿਹਾਸਕ ਜਿਹੜੇ ਸਿਰਜੇ ਗਏ ਨੇ ਘੱਲੂਘਾਰੇ ਕੁੱਪਰ ਹੀੜੇ ਦੇ ਵਿੱਚ ਜੇ ਉਹ ਜੰਗ ਲੜਿਆ ਉੱਥੋਂ ਨਾਦਰ ਸ਼ਾਹ ਨੂੰ ਭਜਾਇਆ ਉੱਥੋਂ ਉੱਥੇ 35,000 ਸਿੰਘ ਸ਼ਹੀਦ ਹੋਇਆ ਉੱਥੇ ਦੇਖੋ ਉਹਨਾਂ ਦੀ ਸਮਾਰਕ ਕਿੱਡੀ ਉਸਾਰੀ ਹੈ ਸਰਕਾਰ ਵੱਲੋਂ ਉੱਥੇ ਗੁਰੂ ਘਰ ਵੀ ਬਣੇ ਨੇ ਅਤੇ ਇੱਥੇ ਵੀ ਸ਼ਹਾਦਤਾਂ ਹੋਈਆਂ ਨੇ ਕਿੰਨੇ ਕਿਸਾਨ ਸ਼ਹੀਦ ਹੋਏ ਨੇ ਇੱਥੇ ਉਹਨਾਂ ਦੀ ਇੱਥੇ ਇੱਕ ਸਮਾਰਕ ਯਾਦਗਾਰ ਬਣਾਈ ਜਾਊ ਇੱਕ ਅਜਾਇਬ ਘਰ ਵੀ ਜਿੱਥੇ ਉਹਨਾਂ ਦੀ ਤਸਵੀਰ ਇਕੱਲੇ ਇਕੱਲੇ ਤਸਵੀਰ ਲੱਗੂਗੀ ਜਿਹੜਾ ਜਿਹੜਾ ਵੀ ਇੱਥੇ ਕਿਸਾਨ ਨੌਜਵਾਨ ਬੀਬੀ ਸ਼ਹੀਦ ਹੋਈ ਆ ਉਹਨਾਂ ਸਭ ਦੀਆਂ ਉੱਥੇ ਤਸਵੀਰਾਂ ਲਾਈਆਂ ਜਾਣਗੀਆਂ। ਕੌਣ ਬਣਾਊਗਾ ਯਾਦਗਾਰ ਜੀ ਤੁਸੀਂ ਬਣਾਓਗੇ ਸਰਕਾਰ ਬਣਾਊਗੀ ਐਸਕੇਐਮ ਬਣਾਊਗਾ ਜੀ ਬਣਾਊ ਕੌਣ ਹੈ? ਦੇਖੋ ਇਹ ਪੰਥ ਵੱਲੋਂ ਬਣਾਈ ਜਾਊਗੀ ਜੀ ਖਾਲਸਾ ਪੰਥ ਵੱਲੋਂ ਬਣਾਈ ਖਾਲਸਾ ਪੰਥ ਵੱਲੋਂ ਇਹਦੀ ਉਸਾਰੀ ਕੀਤੀ ਜਾਊਗੀ ਅਤੇ ਅਸੀਂ ਸੰਗਤ ਨੂੰ ਅਪੀਲ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵਿਚਾਰ ਕੇ ਇੱਥੇ ਜ਼ਰੂਰ ਇਸ ਸਮਾਰਕ ਬਣੂਗਾ। ਬਾਕੀ ਜਿਹਨੇ ਸਹਿਯੋਗ ਕਰਨਾ ਉਸ ਉਹਨਾਂ ਦੀ ਮਰਜ਼ੀ ਆ ਹੋਣੀ ਚਾਹੀਦੀ ਹੈ। ਢੁਕਵਾਂ ਸਮਾਂ ਇੱਥੇ ਇੱਥੇ ਇਹਨਾਂ ਚਿਰ ਬੈਠਿਆ ਸੀ ਉਹਨਾਂ ਦਾ ਜ਼ਰੂਰ ਯਾਦਗਾਰ ਬਣਨੀ ਚਾਹੀਦੀ। ਜਿਵੇਂ ਬਾਬਾ ਜੀ ਕਿਸਾਨ ਜਥੇਬੰਦੀਆਂ ਵੱਲੋਂ ਵੱਖਰੇ ਵੱਖਰੇ ਬਿਆਨ ਨੇ ਕਿ ਕੋਈ ਕਹਿੰਦਾ ਕਿ ਉਹ ਜਿਹੜੇ ਕਾਨੂੰਨ ਨੇ ਉਹ ਜਦੋਂ ਰੱਦ ਹੋ ਜਾਣਗੇ ਜਿਵੇਂ ਤੁਹਾਡਾ ਕਹਿਣਾ ਕਿ ਜਦੋਂ ਕਾਨੂੰਨ ਰੱਦ ਹੋ ਗਏ ਕਾਨੂੰਨੀ ਪ੍ਰਕਿਰਿਆ ਜਦੋਂ ਸਾਡੇ ਸਾਹਮਣੇ ਆ ਗਈ ਉਸ ਤੋਂ ਬਾਅਦ ਖਾਲਸਾ ਪੰਥ ਇੱਥੋਂ ਨਗਾਰੇ ਵਜਾਉਂਦਾ ਹੋਇਆ ਵਾਪਸੀ ਕਰੂਗਾ ਜੇ ਕਿਸਾਨ ਜਥੇਬੰਦੀਆਂ ਕੋਈ ਹੋਰ ਫੈਸਲਾ ਲੈਂਦੀਆਂ ਨੇ ਤੇ ਤੁਹਾਡਾ ਉੱਥੇ ਕੀ ਸਟੈਂਡ ਹੋਊਗਾ? ਦੇਖੋ ਇਹ ਜਦੋਂ ਜਿੱਤ ਦਾ 3 ਕਾਨੂੰਨਾਂ ਵਾਸਤੇ ਮੋਰਚਾ ਲੱਗਿਆ ਸੀਗਾ ਪਹਿਲਾਂ ਵੀ ਅਸੀਂ 3 ਕਾਨੂੰਨ ਰੱਦ ਕਰਾਉਣੇ ਨੇ ਕੋਈ ਸੋਧ ਨਹੀਂ ਕਰਨੀ ਹੋਰ ਕੁਛ ਨਹੀਂ ਕਰਨਾ ਹੈਗਾ ਜੀ ਉਹ 3 ਕਾਨੂੰਨਾਂ ਦਾ ਉਹਨਾਂ ਨੇ ਐਲਾਨ ਕਰਤਾ ਵੀ ਅਸੀਂ ਇਹ ਰੱਦ ਕਰਾਂਗੇ। ਜਦੋਂ 3 ਕਾਨੂੰਨ ਰੱਦ ਹੋ ਗਏ ਜਿਹੜੇ MSP ਦੀ ਗਰੰਟੀ ਚੱਲਦੀ ਆ ਉਹ ਤਾਂ ਹੈਗੀ ਹੋਈ ਆ ਬਾਕੀ ਉਹ ਵੀ ਕਰ ਦੇਣੀ ਆ ਫਿਰ ਤਾਂ ਰਹੀ ਕੱਖ ਮਗਰ ਰਿਹਾ ਹੀ ਨਹੀਂ ਕੁਛ ਅਤੇ ਅਸੀਂ 3 ਸਾਰਿਆਂ ਨੂੰ ਇਹੀ ਜਿਹੜੀ ਮਰਜ਼ੀ ਮੇਰੀ ਸਟੇਟਮੈਂਟ ਕੱਢ ਕੇ ਦੇਖ ਲਓ ਇਹੀ ਬੋਲਿਆ ਸੀ ਵੀ ਜਦ ਤੱਕ 3 ਕਾਨੂੰਨ ਰੱਦ ਨਹੀਂ ਹੁੰਦੇ ਅਸੀਂ ਇੱਥੋਂ ਪਛਾਣ ਨਹੀਂ ਮੁੜਨਾ। ਅੱਜ ਸਰਕਾਰ ਲਿਖਤ ਰੂਪ ਦੇ ਵਿੱਚ ਜਦੋਂ ਵੀ ਦਿੰਦੀ ਆ ਅਸੀਂ ਸਤਿਗੁਰੂ ਦਾ ਸ਼ੁਕਰਾਨਾ ਕਰਕੇ ਇੱਥੋਂ ਉਦੋਂ ਹੀ ਇਹ ਵਾਪਸ ਖਾਲਸਾ ਦੀ ਧਰਤੀ 'ਤੇ ਜਾਊਗਾ।
देखो एम एस पी पहला तो चलती हुई है, एम एस पी का एडा है नी, असि कहने कली एम एस पी नहीं। देखो ए भी जो कानून बनूगा इन्होंने प्रधानमंत्री ने बोलिया जो उन्हें तीन रद्द कानून करते है, भी मगर नहीं रहनी गल कहते कमेटी क्वीक बना सारा कुछ चलती है प्रक्रिया। जेडे कहते कानून किसी हर हालत च नहीं लेंदे, कुछ हो जाए सूरज इधरों चढ़ सकता कानून वापस नहीं हो सकते, ये कुछ हो जाए से वापस कदे झुकी भी नहीं सरकार, वह भी गुरु ने कृपा करती, वह भी देख लो तीन ही कानून उन्होंने रद्द करते, हजे बिच साडे कई विचोले पैंदे जिहड़े कहिंदे सी वी दो रद्द करांगे इक हजे सोध करा लांगे, इस करके तीन ही कानून रद्द होए ने उह सारा कुछ कर देना उन्होंने। जदों प्रक्रिया शुरू हो गई लिखती रूप दे विच आ गया उदों तक असीं बैठे हां, उन्हां तक साडा खालसा पंथ दा ही ऐलान सीगा, असीं किसानां दी ढाल बन के बैठे हां। फिर उस तों बाद जे कोई प्रक्रिया शुरू होगी, जे कोई सानूं देखो इह मजलूम दे प्रति लड़दा खालसा पंथ आया दे, जे कोई फिर मोर्चा फिर गहां लगदा जदों कोई सानूं याद करूगा बुलाऊगा असीं जरूर उहदी सहायता वास्ते पहुंचांगे। ते फिलहाल ना जिहड़े रद्द होए आ देखो असीं बचदा बचन पुकार रहे हां, लिखती रूप दे विच आ गया खालसा पंथ शुकराना करके गुरु साहब दा सुचाला पाऊगा, जिवें संगत दा हुक्म होगा सिर मत्थे मन्नांगे सारे पंथ दा जो फैसला होगा। ਜੇ ਕਾਨੂੰਨ ਰੱਦ ਹੋਣ ਤੋਂ ਬਾਅਦ ਵੀ ਕਿਸਾਨ ਜਥੇਬੰਦੀਆਂ ਬੈਠਦੀਆਂ ਨੇ ਐਮ ਐਸ ਪੀ ਦੀ ਗੱਲ ਕਰ ਰਹੀਆਂ ਨੇ ਜਾਂ ਹੋਰ ਜਿਹੜੇ ਪਰਚੇ ਦਰਜ ਹੋਏ ਨੇ ਉਦੋਂ ਤੱਕ ਬੈਠੋਗੇ ਫਿਰ ਤੁਸੀਂ? ਦੇਖੋ ਪਰਚੇ ਦਰਜ ਤਾਂ ਜਿਹੜੇ ਅਸੀਂ ਵੀ ਕਹਿੰਦੇ ਵੀ ਜਿਹਨਾਂ ਕਿਸਾਨਾਂ ਦੇ ਉੱਤੇ ਜਾਂ ਖਾਸ ਕਰਕੇ ਸਿੱਖਾਂ ਨੂੰ ਟਾਰਗੇਟ ਉਹਦੇ ਵਿੱਚ ਬਣਾਇਆ ਗਿਆ, 26 ਜਨਵਰੀ ਦਾ ਜਿਹੜਾ ਤੁਸੀਂ ਦੇਖਿਆ ਉੱਥੇ ਵਰਤਾਰਾ ਵਰਤਿਆ, ਜਿੰਨੇ ਵੀ ਉਹ ਪਰਚੇ ਹੋਏ ਨੇ ਬਿਨਾਂ ਸ਼ਰਤ ਜਦੋਂ ਇਹ ਕਾਨੂੰਨ ਹੀ ਸਰਕਾਰ ਨੇ ਰੱਦ ਕਰਤੇ, ਅਸੀਂ ਪ੍ਰਧਾਨ ਮੰਤਰੀ ਨੂੰ ਅਪੀਲ ਕਰਾਂਗੇ ਵੀ ਉਹ ਪਰਚੇ ਵੀ ਬਿਲਕੁਲ ਰੱਦ ਹੋਣੇ ਚਾਹੀਦੇ, ਉਹ ਰੱਦ ਕਰੋ ਨਾਲ ਦੀ ਨਾਲ ਤਾਂ ਕਿ ਅਸੀਂ ਇੱਥੋਂ ਬੇਚਿੰਤ ਹੋ ਕੇ ਨਿਸ਼ਚਿੰਤ ਹੋ ਕੇ ਇੱਥੋਂ ਵਾਪਸ ਜਾਈਏ, ਹੁਣ ਕੋਈ ਗੱਲ ਰਹੀ ਨਾ ਜਾਵੇ ਜਿਹੜੀ ਮਾੜੀ ਮੋਟੀ ਹੈਗੀ ਆ। ਉਹ ਵੀ ਪ੍ਰਧਾਨ ਮੰਤਰੀ ਨੂੰ ਅਸੀਂ ਅਪੀਲ ਕਰਦੇ ਹਾਂ ਚੈਨਲ ਰਾਹੀਂ ਕਿ ਉਹ ਵੀ ਹੁਣ ਕਸਰਾਂ ਕੱਢੀ ਦੇ, ਜਦੋਂ ਇਹ ਏਡੇ ਵੱਡੇ ਹੋ ਗਏ ਅਤੇ ਇਹ ਤਾਂ ਗੱਲ ਹੀ ਕੁਛ ਨਹੀਂ, ਅਤੇ ਸਾਨੂੰ ਹੋਣਾ ਚਾਹੀਦਾ ਐਮ ਐਸ ਪੀ 'ਤੇ ਵੀ ਇਹ ਗਰੰਟੀ, ਅਤੇ ਉਹ ਕਰ ਹੀ ਦੇਣੀ ਉਹਨਾਂ ਨੇ, ਉਹਨਾਂ ਦੀ ਮੀਟਿੰਗ ਚੱਲ ਰਹੀ ਉਹ ਆਪ ਜੀ ਨੂੰ ਸਾਰਾ ਪਤਾ ਲੱਗ ਜਾਣਾ। ਜਦੋਂ ਵੀ ਕਾਨੂੰਨੀ ਪ੍ਰਕਿਰਿਆ ਤੁਹਾਨੂੰ ਦੱਸਤਾ ਵੀ ਜਦੋਂ ਵੀ ਲਿਖਤੀ ਰੂਪ ਦੇ ਵਿੱਚ ਆਉਂਦਾ ਰੱਦ ਕਰਨ ਦਾ ਮਸਲਾ, ਉਸ ਤੋਂ ਬਾਅਦ ਅਸੀਂ ਜ਼ਰੂਰ ਸਤਿਗੁਰਾਂ ਸ਼ੁਕਰਾਨਾ ਕਰਕੇ ਜਾਵਾਂਗੇ। ਤੁਸੀਂ ਕੁਛ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਸੇ ਤਾਂ ਬਾਬਾ ਜੀ ਹੁਣਾਂ ਨੇ ਲਗਭਗ ਸਾਰੀਆਂ ਚੀਜ਼ਾਂ ਕਲੀਅਰ ਕਰ ਦਿੱਤੀਆਂ, ਕਹਿ ਹੀ ਦਿੱਤੀਆਂ, ਪਰ ਫਿਰ ਵੀ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਕਿ ਜਿਹੜੀਆਂ ਪੰਥਕ ਜਥੇਬੰਦੀਆਂ ਜਾਂ ਪੰਥਕ ਧਿਰਾਂ ਇੱਥੇ ਬੈਠੀਆਂ ਸੀ, ਅਸੀਂ 7 ਮਾਰਚ ਨੂੰ ਇੱਥੇ ਇੱਕ ਅਸੀਂ ਅਰਦਾਸ ਦਿਵਸ ਮਨਾਇਆ ਸੀਗਾ, ਅਤੇ ਉਹਦੇ ਵਿੱਚ ਅਸੀਂ ਬਿਲਕੁਲ ਕਲੀਅਰ ਕੀਤਾ ਸੀਗਾ ਵੀ ਅਸੀਂ ਕੋਈ ਧਿਰ ਨਹੀਂ ਹੈਗੇ, ਅਸੀਂ ਸਹਿਯੋਗੀ ਹਾਂ। ਔਰ ਜਿੱਦਣ ਸਰਕਾਰ ਇਹ 3 ਕਾਲੇ ਕਾਨੂੰਨ ਰੱਦ ਕਰ ਦੂਗੀ, ਵਾਪਸ ਲੈ ਲੂਗੀ, ਅਤੇ ਅਸੀਂ ਵਾਪਸ ਚਲੇ ਜਾਵਾਂਗੇ। ਹੁਣ ਅਸੀਂ ਸਾਡਾ ਜਿਹੜਾ ਟੀਚਾ ਸੀ ਉਹ ਪੂਰਾ ਹੋ ਗਿਆ, ਸਰਕਾਰ ਨੇ ਕਾਨੂੰਨ ਰੱਦ ਕਰਨ ਦੀ ਐਲਾਨ ਕਰ ਦਿੱਤਾ, ਪਾਰਲੀਮੈਂਟ ਵਿੱਚ ਜਿੱਦਣ ਵੀ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ ਫਿਰ ਪੰਥਕ ਜਥੇਬੰਦੀਆਂ ਦਾ ਇੱਥੇ ਬੈਠਣਾ ਸਾਡਾ ਕੋਈ ਨਹੀਂ ਰਹਿ ਜਾਂਦਾ ਇੱਥੇ ਵੀ ਅਸੀਂ ਇੱਥੇ ਬੈਠੇ ਫਿਰ ਵੀ ਬੈਠੇ ਰਹੀਏ। ਹਾਂ ਜੇ ਕੋਈ ਅਸੀਂ ਤਾਂ ਮਜ਼ਲੂਮਾਂ ਦੇ ਨਾਲ ਖੜ੍ਹੇ ਹਾਂ, ਜਿਹੜੀ ਤੁਸੀਂ ਐਮ ਐਸ ਪੀ ਦੀ ਗੱਲ ਕਰਦੇ ਹੋ ਐਮ ਐਸ ਪੀ ਲਈ ਕੋਈ ਧਿਰ ਲੜਦੀ ਹੈ, ਕੋਈ ਉਸ ਵਾਸਤੇ ਬੈਠਦੀ ਹੈ, ਔਰ ਜੇ ਉਹ ਸਾਨੂੰ ਸੱਦਾ ਦਿੰਦੀ ਆਵਾਜ਼ ਮਾਰਦੀ ਆ ਵੀ ਅਸੀਂ ਬੈਠੇ ਹਾਂ ਤੁਸੀਂ ਸਾਡੇ ਨਾਲ ਆਓ, ਅਤੇ ਅਸੀਂ ਉਹਨਾਂ ਦੇ ਸਹਿਯੋਗੀ ਜਿਵੇਂ ਅਸੀਂ ਪਹਿਲਾਂ ਸੀ ਅਸੀਂ ਫਿਰ ਵੀ ਸਹਿਯੋਗੀ ਬਣ ਕੇ ਆਵਾਂਗੇ। ਪਰ ਫਿਲਹਾਲ ਅਸੀਂ ਜਿਹੜੇ 3 ਕਾਨੂੰਨ ਰੱਦ ਹੋ ਗਿਆ, ਇਸ ਤੋਂ ਬਾਅਦ ਸਾਡਾ ਬੈਠਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ, ਅਸੀਂ ਵਾਪਸ ਚਲੇ ਜਾਵਾਂਗੇ। ਇਹ ਬਿਲਕੁਲ ਕਲੀਅਰ ਗੱਲ ਹੈ ਕਿ ਪੰਥਕ ਜਥੇਬੰਦੀਆਂ ਨੇ ਸਾਰੀਆਂ ਨੇ ਆਪਸ ਵਿੱਚ ਬੈਠ ਕੇ ਫੈਸਲਾ ਲਿਆ ਹੈ, ਫੈਸਲਾ ਇਵੇਂ ਨਹੀਂ ਲੈ ਲਿਆ ਵੀ ਅਸੀਂ ਹੁਣ ਨਵੀਂ ਕੋਈ ਗੱਲ ਆਈ ਹੈ ਤਾਂ ਫੈਸਲਾ ਲੈ ਲਿਆ, ਅਸੀਂ ਆਏ ਹੀ ਇਸੇ ਕੰਮ ਵਾਸਤੇ ਸੀ, ਅਸੀਂ ਤਾਂ 3 ਕਾਨੂੰਨਾਂ ਨੂੰ ਵਾਪਸ ਕਰਾਉਣ ਆਏ ਸੀ, ਔਰ ਵਾਪਸ ਕਰਾਉਣ ਜਥੇਬੰਦੀਆਂ ਆਈਆਂ ਸੀ, ਅਸੀਂ ਉਹਨਾਂ ਦੇ ਸਹਿਯੋਗੀ ਦੇ ਤੌਰ 'ਤੇ ਆਏ ਸੀ, ਪਰ ਸਾਡਾ ਟੀਚਾ ਇਹ ਸੀ ਵੀ ਜਿੱਦਣ ਇਹ ਕਾਲੇ ਕਾਨੂੰਨ ਵਾਪਸ ਹੋ ਜਾਣਗੇ ਪੰਥ ਉਦੋਂ ਵਾਪਸ ਚਲਾ ਜਾਏ, ਇਸ ਲਈ ਅਸੀਂ ਉਸ ਦਿਨ ਵਾਪਸ ਚਲੇ ਜਾਵਾਂਗੇ। ਜਿੱਦਣ ਵੀ ਪਾਰਲੀਮੈਂਟ ਵਿੱਚ ਇਹ ਪ੍ਰਕਿਰਿਆ ਪੂਰੀ ਹੋ ਜਾਂਦੀ ਆ, ਰਾਸ਼ਟਰਪਤੀ ਦੀ ਮੋਹਰ ਲੱਗ ਜਾਂਦੀ ਆ, ਮੋਹਰ ਲੱਗਣ ਤੋਂ ਬਾਅਦ ਇਹ ਸਾਡੇ ਹੱਥ ਆ ਜਾਂਦਾ ਹੈ ਸਾਰਾ ਕੁਝ, ਅਤੇ ਉਦੋਂ ਬਾਅਦ ਸਾਡਾ ਜਿਹੜਾ ਕਿਉਂਕਿ
ਜਿਹੜਾ ਪ੍ਰਧਾਨ ਮੰਤਰੀ ਨੇ ਦਿਨ ਚੁਣਿਆ ਉਹ ਖਾਲਸਾ ਪੰਥ ਨੂੰ ਮੁਖਾਤਬ ਹੋਏ ਆ। ਇਹ ਜਿੱਤ ਉਹਨਾਂ ਨੇ ਖਾਲਸਾ ਪੰਥ ਦੀ ਝੋਲੀ 'ਚ ਪਾਈ, ਇਸ ਲਈ ਖਾਲਸਾ ਪੰਥ ਦੀ ਝੋਲੀ ਵਿੱਚ ਪਈ ਹੋਈ ਜਿੱਤ ਜਿਹੜੀ ਆ ਖਾਲਸਾ ਪੰਥ ਉਸ ਜਿੱਤ ਨੂੰ ਲੈ ਕੇ ਉਸ ਅਕਾਲ ਪੁਰਖ ਦੇ ਉਸ ਮਹਾਰਾਜ ਦੇ ਸ਼ੁਕਰਾਨੇ ਵਜੋਂ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਰੱਖਣੀ ਹੈ। ਸਾਡੀ ਡਿਊਟੀ ਆ ਵੀ ਜਿਹੜੀ ਜਿੱਤ ਖਾਲਸੇ ਪੰਥ ਦੀ ਝੋਲੀ ਵਿੱਚ ਪਈ ਹੈ ਖਾਲਸਾ ਪੰਥ ਉਸ ਨੂੰ ਮਹਾਰਾਜ ਦੀ ਅਮਾਨਤ ਸਮਝ ਕੇ ਲੈ ਕੇ ਜਾਵੇ ਔਰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਉਸ ਨੂੰ ਜਿੱਤ ਨੂੰ ਜਿਹੜੀ ਉਹ ਸਮਰਪਿਤ ਕਰੇ। ਉਹ ਬਾਬਾ ਜੀ ਨੇ ਜਿਹੜਾ ਪ੍ਰੋਗਰਾਮ ਦੱਸਿਆ ਜਾਂ ਗਾਹੋਂ ਲਿਖਿਆ ਜਾਊਗਾ ਵੀ ਅਸੀਂ ਜਿੱਦਣ ਇੱਥੋਂ ਚੱਲਾਂਗੇ ਉਹ ਪੂਰੇ ਸ਼ਾਨੋ ਸ਼ੌਕਤ ਨਾਲ ਜਿਵੇਂ ਪਹਿਲਾਂ ਦਿੱਲੀ ਜਿੱਤ ਕੇ ਖਾਲਸਾ ਪੰਥ ਜਾਂਦਾ ਰਿਹਾ ਉਵੇਂ ਹੀ ਜਾਵਾਂਗੇ ਔਰ ਜਾਵਾਂਗੇ ਅਸੀਂ ਉੱਥੇ ਹੀ ਜਿੱਥੇ ਪਹਿਲਾਂ ਖਾਲਸਾ ਪੰਥ ਜਾਂਦਾ ਰਿਹਾ ਅਸੀਂ ਸ੍ਰੀ ਅਕਾਲ ਤਖਤ ਸਾਹਿਬ 'ਤੇ ਜਾਵਾਂਗੇ ਸ੍ਰੀ ਹਰਿਮੰਦਰ ਸਾਹਿਬ ਜਾਵਾਂਗੇ ਔਰ ਉੱਥੇ ਜਿਹੜੀ ਇਹ ਸਾਡੀ ਪੰਥ ਦੀ ਝੋਲੀ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਦਿਹਾੜੇ 'ਤੇ ਐਡੀ ਵੱਡੀ ਜਿੱਤ ਪਈ ਆ ਅਸੀਂ ਉਸ ਜਿੱਤ ਨੂੰ ਮਹਾਰਾਜ ਦੇ ਚਰਨਾਂ ਵਿੱਚ ਰੱਖਾਂਗੇ। ਬਾਕੀ ਦੀਆਂ ਗੱਲਾਂ ਜਿਹੜੀਆਂ ਕੋਈ ਜਥੇਬੰਦੀਆਂ ਕਰਦੀਆਂ ਉਹਨਾਂ ਨਾਲ ਸਾਡਾ ਕੋਈ ਸਰੋਕਾਰ ਨਹੀਂ ਹੈਗਾ। ਉਹ ਜੇ ਕੋਈ ਮੋਰਚਾ ਲਾਉਂਦੇ ਆ ਜਾਂ ਕੋਈ MSP 'ਤੇ ਲਾਉਂਦੇ ਆ ਜਾਂ ਕੋਈ ਕਰਦੇ ਆ ਅਤੇ ਜੇ ਉਹ ਸਾਨੂੰ ਆਵਾਜ਼ ਮਾਰਦੇ ਵੀ ਅਸੀਂ ਮੋਰਚਾ ਲਾ ਲਿਆ ਜਾਂ ਦੇਸ਼ ਦਾ ਮੋਰਚਾ ਇਹ ਦੇਸ਼ ਦੇ ਵਿੱਚੋਂ ਕੋਈ ਹੋਰ ਧਿਰਾਂ ਆਣ ਕੇ ਮੋਰਚਾ ਲਾਉਂਦੀਆਂ ਉਹ ਸਾਨੂੰ ਆਵਾਜ਼ ਮਾਰਦੇ ਆ ਵੀ ਤੁਸੀਂ ਸਾਡਾ ਆਣ ਕੇ ਸਾਥ ਦਿਓ ਤਾਂ ਅਸੀਂ ਜ਼ਰੂਰ ਦੇਵਾਂਗੇ। ਪਰ ਹੁਣ ਅਸੀਂ ਮਤਲਬ ਜਿਹੜਾ ਹੈ ਸਾਡਾ ਜਿਹੜਾ ਟਾਰਗੇਟ ਹੈ ਸਾਡਾ ਜਿਹੜਾ ਪੰਥ ਦਾ ਟੀਚਾ ਸੀਗਾ ਜਿਹੜਾ ਜਿਸ ਨਿਸ਼ਚੇ ਨਾਲ ਲੈ ਕੇ ਪੰਥ ਬੈਠਾ ਸੀ ਉਹ ਪੂਰਾ ਹੋ ਚੁੱਕਿਆ। ਇਸ ਲਈ ਅਸੀਂ ਸਿਰਫ ਉਹ ਦਿਨ ਦੀ ਇੰਤਜ਼ਾਰ ਵਿੱਚ ਹਾਂ। ਉਸ ਤੋਂ ਬਾਅਦ ਅਸੀਂ ਜਿਵੇਂ ਬਾਬਾ ਜੀ ਨੇ ਦੱਸਿਆ ਮੇਥੇ ਸ੍ਰੀ ਅਖੰਡ ਪਾਠ ਸਾਹਿਬ ਜਿਹੜਾ ਪ੍ਰਕਾਸ਼ ਕੀਤਾ ਜਾਵੇਗਾ ਉਹਦਾ ਭੋਗ ਪਵਾਇਆ ਜਾਵੇਗਾ ਸ਼ਹੀਦਾਂ ਨੂੰ ਉਸ ਦਿਨ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ ਔਰ ਉਸ ਤੋਂ ਬਾਅਦ ਉਸੇ ਜਹੋ ਜਲਾਲ ਨਾਲ ਜਿਸ ਜਹੋ ਜਲਾਲ ਨਾਲ ਅਸੀਂ ਦਿੱਲੀ ਜਿੱਤ ਕੇ ਸਾਡੀਆਂ ਇਤਿਹਾਸ 'ਚ ਗਿਆ ਪੰਥ ਉਸੇ ਜਹੋ ਜਲਾਲ ਨਾਲ ਪੰਥ ਵਾਪਸ ਜਾਏਗਾ ਔਰ ਨਿਹੰਗ ਸਿੰਘ ਜਥੇਬੰਦੀਆਂ ਦੀ ਅਗਵਾਈ ਵਿੱਚ ਇਹ ਹੋਏਗਾ ਸਾਰਾ ਕੁਛ। ਕਿਉਂਕਿ ਸਭ ਤੋਂ ਵੱਡੀ ਜੇ ਕੋਈ ਇਹ ਜਿੱਤ ਹੈ ਉਹ ਮੈਂ ਸਮਝਦਾ ਕਿ ਪੰਥਕ ਜਥੇਬੰਦੀਆਂ ਦੇ ਜਿਹੜੀ ਅਗਵਾਈ ਕੀਤੀ ਹੈ ਨਿਹੰਗ ਸਿੰਘ ਜਥੇਬੰਦੀਆਂ ਨੇ ਇਹ ਉਹਨਾਂ ਦੇ ਹੀ ਸਿਰ 'ਤੇ ਆ ਜਾਂਦਾ ਔਰ ਉਹਨਾਂ ਦੀ ਅਗਵਾਈ 'ਚ ਹੀ ਪੰਥ ਜਾਏਗਾ। ਅਸੀਂ ਨਿਹੰਗ ਸਿੰਘ ਜਥੇਬੰਦੀਆਂ ਦੀ ਅਗਵਾਈ ਵਿੱਚ ਸਾਰਾ ਪੰਥ ਇਹਨਾਂ ਦੇ ਮਗਰ ਚੱਲੇਗਾ ਔਰ ਉਸ ਤੋਂ ਇਲਾਵਾ ਜਿਹੜਾ ਵੀ ਕੋਈ ਇਸ ਪੰਥ ਦੇ ਨਾਲ ਚੱਲਣਾ ਚਾਹੇਗਾ ਅਸੀਂ ਉਹਨੂੰ ਸਵਾਗਤ ਕਰਾਂਗੇ। ਅਸੀਂ ਕਹਾਂਗੇ ਕਿ ਆਓ ਕਿਉਂਕਿ ਜਿੱਤ ਅਸੀਂ ਪ੍ਰਾਪਤ ਕਰ ਲਈ ਹੈ, ਤੁਸੀਂ ਵੀ ਇਸ ਜਿੱਤ ਦੀ ਖੁਸ਼ੀ ਵਿੱਚ ਸ਼ਾਮਿਲ ਹੋ। ਜਦੋਂ ਵੀ ਅਸੀਂ ਜਾਵਾਂਗੇ ਅਸੀਂ ਸਾਰਿਆਂ ਨੂੰ ਆਵਾਜ਼ ਵੀ ਮਾਰਾਂਗੇ। ਬਾਪੂ ਜੀ, ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਬਿਆਨ ਆਇਆ, ਕਹਿੰਦੇ ਵੀ ਜਿਹੜੀਆਂ ਬਾਕੀ ਸਟੇਟਾਂ ਬੈਠੀਆਂ ਨੇ ਉਹ MSP ਦੇ ਲਈ ਬੈਠੀਆਂ ਨੇ, ਜੇ ਅਸੀਂ ਵਿੱਚ ਵਿਚਾਲੇ ਉੱਠ ਕੇ ਚਲੇ ਜਾਵਾਂਗੇ ਤਾਂ ਉਹਨਾਂ ਦਾ ਭਰੋਸਾ ਟੁੱਟ ਜੂਗਾ ਸਾਡੇ ਉੱਤੇ? ਨਹੀਂ, ਦੇਖੋ ਸਾਡੇ ਉੱਤੋਂ ਪੰਥ ਉੱਤੋਂ ਭਰੋਸਾ ਨਹੀਂ ਉਹਨਾਂ ਦਾ ਟੁੱਟਦਾ, ਕਿਉਂਕਿ ਪੰਥ ਤਾਂ ਕਿਸੇ ਧਿਰ ਵਜੋਂ ਸ਼ਾਮਿਲ ਹੀ ਨਹੀਂ ਹੈਗਾ। ਜੇ ਇਹ ਜਗਜੀਤ ਸਿੰਘ ਜੀ ਕਹਿੰਦੇ ਆ ਵੀ ਅਸੀਂ ਉਹਨਾਂ ਦੇ ਨਾਲ ਬਹਿਣਾ ਤਾਂ ਜੀ ਸਦਕੇ ਬੈਠਣ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਇਹ ਬੈਠਣ ਉਹਨਾਂ ਦੇ ਨਾਲ ਬੈਠਣ ਉਹ ਜਿਹਨਾਂ ਨੇ MSP ਵਾਸਤੇ ਲੜਨਾ ਹੈ ਪੰਜਾਬ ਦੀਆਂ, ਜੇ ਇਹ ਸੰਯੁਕਤ ਮੋਰਚਾ ਉਹਨਾਂ ਦੇ ਸਪੋਰਟ ਵਿੱਚ ਬੈਠਦਾ ਬੈਠਣ, ਪਰ ਅਸੀਂ ਉਦੋਂ ਆਵਾਂਗੇ ਜਦੋਂ ਇਹ ਸਾਨੂੰ ਆਵਾਜ਼ ਮਾਰਨ। ਗੱਲ ਇਸ ਕਰਕੇ ਆਈ ਸੱਦੇ ਦੀ, ਬਿਲਕੁਲ ਤੁਸੀਂ ਠੀਕ ਕਹਿੰਦੇ ਹੋ, ਸੱਦੇ ਦੀ ਗੱਲ ਆਉਣੀ ਨਹੀਂ ਸੀ ਚਾਹੀਦੀ ਕਿਉਂਕਿ ਅਸੀਂ ਬਿਨਾਂ ਬੁਲਾਏ ਆਏ ਸੀ ਔਰ ਬਿਨਾਂ ਬੁਲਾਏ ਆਉਣ ਤੋਂ ਬਾਅਦ ਜੋ ਸਾਡੇ ਨਾਲ ਵਿਹਾਰ ਹੋਇਆ ਇਹ 11 ਮਹੀਨਿਆਂ ਦੇ ਵਿੱਚ, ਜਿਸ ਤਰ੍ਹਾਂ ਸਾਨੂੰ ਪੰਥ ਨੂੰ ਜ਼ਲੀਲ ਕੀਤਾ ਗਿਆ, ਵਾਰੀ ਵਾਰੀ ਸਾਡੇ ਟੈਸਟ ਲਏ ਗਏ, ਵਾਰੀ ਵਾਰੀ ਸਾਡਾ ਅਪਮਾਨ ਕੀਤਾ ਗਿਆ, ਸਾਡੀਆਂ ਧਾਰਮਿਕ ਮਰਿਆਦਾਵਾਂ ਦਾ ਅਪਮਾਨ ਕੀਤਾ ਗਿਆ, ਸਾਡੇ ਨਿਸ਼ਾਨਾਂ ਦਾ ਅਪਮਾਨ ਕੀਤਾ ਗਿਆ, ਸਾਡੀਆਂ ਧਾਰਮਿਕ ਸ਼ਖਸੀਅਤਾਂ ਦਾ ਅਪਮਾਨ ਕੀਤਾ ਗਿਆ, ਸਾਨੂੰ ਇੱਥੋਂ ਤੱਕ ਕਿਹਾ ਗਿਆ ਕਿ ਸੱਦੀ ਨਾ ਬੁਲਾਈਏ ਮੈਂ ਲਾੜੇ ਦੀ ਤਾਈ, ਅਸੀਂ ਫਿਰ ਵੀ ਬੈਠੇ ਕਿਉਂਕਿ ਅਸੀਂ ਆਪਣਾ ਫਰਜ਼ ਸਮਝ ਕੇ ਬੈਠੇ। ਪਰ ਜਿਹੜਾ ਤਜ਼ਰਬਾ ਹੋ ਜਾਵੇ ਤੁਹਾਨੂੰ ਉਸ ਤੋਂ ਬਾਅਦ ਤਾਂ ਸਾਨੂੰ ਦੁਬਾਰਾ ਸੋਚਣਾ ਪਏਗਾ ਨਾ, ਵੀ ਜਿਹੜਾ ਤਜਰਬਾ ਸਾਨੂੰ ਹੋ ਚੁੱਕਾ ਵੀ ਸਾਡੇ ਬਿਨਾਂ ਬੁਲਾਏ ਆਉਣ ਦਾ ਸਾਨੂੰ ਆਹ ਇਨਾਮ ਮਿਲਿਆ ਜਾਂ ਆਹ ਸਾਡੇ ਨੂੰ ਸਾਨੂੰ ਉਹਨਾਂ ਦਾ ਰਿਸਪੋਂਸ ਮਿਲਿਆ ਅਤੇ ਉਸ ਤੋਂ ਬਾਅਦ ਸਾਡਾ ਬੈਠਣਾ ਨਹੀਂ ਬਣਦਾ, ਅਸੀਂ ਇੰਨੇ ਬੇਗੈਰਤ ਨਹੀਂ ਹੈਗੇ, ਨਾ ਅਸੀਂ ਪੰਥ ਦਾ ਅਪਮਾਨ ਕਰਾ ਸਕਦੇ ਇੱਥੇ ਬਹਿ ਕੇ ਵੀ ਕੋਈ ਵਾਰੀ ਵਾਰੀ ਪੰਥ ਦਾ ਅਪਮਾਨ ਕਰੀ ਜਾਵੇ ਔਰ ਅਸੀਂ ਸਿਰ ਸਿੱਟ ਕੇ ਬੈਠੇ ਰਹੀਏ, ਇਹ ਅਸੀਂ ਸਾਡੀ ਜ਼ਿੰਮੇਵਾਰੀ ਆ ਵੀ ਕਿ ਪੰਥ ਦਾ ਨਹੀਂ ਉਹ ਸਾਰੀਆਂ ਸਟੇਜਾਂ ਤੇ ਬੋਲੇ ਹੋਏ ਨੇ, ਉਹ ਰਿਕਾਰਡ ਨੇ ਤੁਹਾਡੇ ਸਾਹਮਣੇ। ਦੀਪ ਸਿੰਘ ਵਾਲਾ ਬੋਲਿਆ, ਆਪਣਾ ਰਾਜੇਵਾਲ ਸਾਹਿਬ ਸਭ ਤੋਂ ਜਿਹਨੂੰ ਵੱਡਾ ਚਿਹਰਾ ਤੁਸੀਂ ਕਹਿੰਦੇ ਹੋ ਉਹ ਬੋਲਿਆ, ਜਿਹੜੇ ਆਮ ਲੋਕ ਆ ਫਿਰ ਉਹਨਾਂ ਤੱਕ ਜਿਹੜੀ ਆਸ ਜੀ ਆ ਵੀ ਚਲੋ ਪੰਜਾਬ ਲੜਿਆ ਦੇ ਨਾਲ ਸਾਨੂੰ ਵੀ, ਜਿਵੇਂ ਪਹਿਲਾਂ ਪੰਜਾਬ ਨੇ ਪੱਤ ਰੱਖੀ ਹੈ ਸਾਰੇ ਰਾਜਾਂ ਦੀ, ਸਾਰਾ ਭਾਰਤ ਜਿੱਤ ਲੈਂਦੇ ਸੀ ਅਮਿਤ ਸ਼ਾਹ ਅਬਦਾਲੀ ਵਰਗੇ, ਪੰਜਾਬ ਕੋਲ ਆ ਕੇ ਹਥਿਆਰ ਸੁੱਟ ਜਾਂਦੇ ਸੀਗੇ, ਪੰਜਾਬ ਦੀ ਜਿੱਤ ਹੋ ਗਈ ਹੈ, ਹਰਿਆਣੇ ਦੀ ਹੋ ਗਈ ਆ, ਖੇਤੀ ਕਾਨੂੰਨਾਂ ਦਾ ਸਾਡੇ ਤੇ ਵੱਧ ਪ੍ਰਭਾਵ ਸੀ, ਤਾਂ ਉਹਨਾਂ ਦੀ ਜਿਹੜੀ ਆਸ ਆ ਉਹ ਟੁੱਟੂਗੀ ਨਾ ਜੇ ਤੁਸੀਂ ਇਕੱਲੇ ਖੇਤੀ ਕਾਨੂੰਨ? ਨਹੀਂ, ਦੇਖੋ ਮੇਰੀ ਗੱਲ ਸੁਣੋ,
ਤੁਹਾਨੂੰ ਨਹੀਂ ਲੱਗਦਾ ਜਲੀਲ ਦੀ ਗੱਲ ਕੀਤੀ ਆ ਵੀ ਕੱਲ੍ਹ ਲੋਕ ਹੋਰ ਜਲੀਲ ਕਰਨਗੇ ਜਿਸ ਤਰ੍ਹਾਂ ਮੇਰੇ ਸਾਥੀ ਨੇ ਕਿਹਾ ਵੀ ਕੱਲ੍ਹ ਨੂੰ ਕਹਿਣਗੇ ਮਹਿੰਦਰ ਸਿੰਘ ਜਥੇਬੰਦੀਆਂ ਪਹਿਲਾਂ ਉੱਠ ਕੇ ਚਲੇ ਗਈਆਂ ਹਜੇ ਐਮ ਐਸ ਪੀ ਦਾ ਰੌਲਾ ਵਿੱਚ ਪਿਆ ਜੇ ਅਸੀਂ ਤਿੰਨ ਕਾਲੇ ਕਾਨੂੰਨ ਰੱਦ ਹੋਣ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਪਹਿਲਾਂ ਜਾਵਾਂਗੇ ਫਿਰ ਜ਼ਰੂਰ ਸਾਡੇ ਤੋਂ ਸਵਾਲ ਉੱਠੇਗਾ ਜੇ ਇਹ ਤਿੰਨ ਕਾਲੇ ਕਾਨੂੰਨ ਜਿਹੜਾ ਮੁੱਖ ਟੀਚਾ ਸੀ ਇਸ ਸੰਘਰਸ਼ ਦਾ ਉਹ ਰੱਦ ਹੋ ਜਾਂਦੇ ਪ੍ਰਕਿਰਿਆ ਪੂਰੀ ਹੋ ਜਾਂਦੀ ਆ ਫਿਰ ਸਾਨੂੰ ਕਿਸੇ ਦੀ ਪਰਵਾਹ ਨਹੀਂ ਹੈਗੀ ਕੌਣ ਕੀ ਕਹਿੰਦਾ ਜੇ ਤੁਸੀਂ ਪੰਥ ਨੇ ਫੈਸਲਾ ਪੰਥ ਨੇ ਫੈਸਲਾ ਫੈਸਲਾ ਜੇ ਪੰਥ ਲੈਂਦਾ ਜੇ ਸਾਨੂੰ ਕਹਿੰਦੀ ਆ ਸੰਗਤ ਫਿਰ ਅਸੀਂ ਉਹ ਤੇ ਜ਼ਰੂਰ ਫੁੱਲ ਚੜਾਵਾਂਗੇ ਅਸੀਂ ਜਿਵੇਂ ਪਹਿਲਾਂ ਕਿਹਾ ਕਿਸੇ ਲੀਡਰ ਦੇ ਕਹਿਣ ਤੇ ਨਾ ਆਇਆ ਨਾ ਜਾਣਾ ਜੇ ਸੰਗਤ ਦੁਬਾਰਾ ਫੇਰ ਸਾਨੂੰ ਪ੍ਰੋਪੋਜ਼ ਕਰਦੀ ਹੈ ਸਭ ਕੁਛ ਹੈਗਾ ਸਭ ਕੁਛ ਹੈਗਾ ਵਿੱਚ ਐਮ ਐਸ ਪੀ ਦੇ ਵਿੱਚ ਬੈਠੀਆਂ ਦੇਖੋ ਅਸੀਂ ਅਸੀਂ ਜਿਹੜੀ ਜਿਹੜੀ ਗੱਲ ਮੈਂ ਕਹਿ ਰਿਹਾ ਤੁਸੀਂ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਅਸੀਂ ਬਿਨਾਂ ਬੁਲਾਏ ਆਏ ਮਜ਼ਲੂਮਾਂ ਦੇ ਨਾਲ ਖੜੇ ਹੋਏ ਸਾਨੂੰ ਲੱਗਦਾ ਸੀ ਕਿ ਮਜ਼ਲੂਮ ਤੇਰਾ ਕਿਸਾਨ ਜਿਹੜੇ ਆ ਸਾਨੂੰ ਇਹਨਾਂ ਦੇ ਨਾਲ ਖੜੇ ਹੋਣੇ ਚਾਹੁੰਦੇ ਸੀ ਖੜੇ ਹੋਏ ਪਰ ਸਾਡਾ ਜਿਹੜਾ ਕੌੜਾ ਤਜ਼ਰਬਾ ਹੋਇਆ ਜਿਹੜਾ ਉਸ ਨੂੰ ਦੇਖਦਿਆਂ ਹੋਇਆਂ ਅਸੀਂ ਇਸ ਵੱਡੀ ਜਿੱਤ ਜਿਹੜੀ ਸਾਡੀ ਹੋਈ ਆ ਅਸੀਂ ਇਹਨੂੰ ਖੁਰਦ ਬੁਰਦ ਨਹੀਂ ਕਰ ਸਕਦੇ ਅਸੀਂ ਗੁਨਾਹਗਾਰ ਹੋਵਾਂਗੇ ਮਹਾਰਾਜ ਦੇ ਗੁਰੂ ਨਾਨਕ ਸਾਹਿਬ ਜੇ ਜਨਮ ਦਿਹਾੜੇ 'ਤੇ ਐਡੀ ਵੱਡੀ ਜਿੱਤ ਪੰਥ ਦੀ ਝੋਲੀ ਵਿੱਚ ਪਵੇ ਅਤੇ ਪੰਥ ਉਹਨੂੰ ਸੰਭਾਲ ਹੀ ਨਾ ਸਕੇ ਪੰਥ ਫਿਰ ਹੋਰ ਗਾਹਾਂ ਅਗਲੇ ਰਾਹਾਂ 'ਤੇ ਤੁਰ ਪਏ ਇਹ ਅਸੀਂ ਨਹੀਂ ਕਰਾਂਗੇ ਬਿਲਕੁਲ ਵੀ ਅਸੀਂ ਇਸ ਜਿੱਤ ਨੂੰ ਬਿਲਕੁਲ ਮਾਣ ਸਤਿਕਾਰ ਨਾਲ ਲੈ ਕੇ ਜਾਵਾਂਗੇ ਔਰ ਹਾਂ ਮੈਂ ਅਸੀਂ ਵਾਰੀ ਵਾਰੀ ਕਹਿੰਦੇ ਹਾਂ ਵੀ ਜੇ ਕੋਈ ਅਗਲਾ ਮੋਰਚਾ ਲੱਗਦਾ ਹੈ ਕਿਸੇ ਗੱਲ ਵਾਸਤੇ ਵੀ ਲੱਗਦਾ ਕਿਉਂਕਿ ਜੇ ਮੈਂ ਸਪਸ਼ਟ ਕਹਾਂ ਤਾਂ ਜਿਹੜਾ ਮੋਰਚਾ ਅਗਲਾ ਲੱਗਣਾ ਹੈ ਉਹ ਐਮ ਐਸ ਪੀ ਦਾ ਮੋਰਚਾ ਨਹੀਂ ਹੈਗਾ ਇਹ ਸਾਡੀਆਂ ਸਟੇਜਾਂ ਤੋਂ ਵਾਰੀ ਵਾਰੀ ਅਨਾਊਂਸ ਹੋ ਚੁੱਕਾ ਹੈ ਕਿ ਇਹ ਇਕੱਲੇ ਕਿਸਾਨਾਂ ਦਾ ਕਿਸਾਨਾਂ ਦੇ ਮੰਗਾਂ ਦਾ ਮੋਰਚਾ ਹੁਣ ਨਹੀਂ ਰਹਿ ਗਿਆ ਇਹ ਪੂਰੇ ਭਾਰਤ ਦੀਆਂ ਮੰਗਾਂ ਦਾ ਮੋਰਚਾ ਬਣ ਗਿਆ ਪਰ ਜੇ ਭਾਰਤ ਦੀਆਂ ਮੰਗਾਂ ਦਾ ਮੋਰਚਾ ਫਿਰ ਬਣੂਗਾ ਇਕੱਲੀ ਐਮ ਐਸ ਪੀ ਨਹੀਂ ਹੈ ਜੇ ਫਿਰ ਅਗਲੀ ਲੜਾਈ ਲੜਨੀ ਹੈ ਤਾਂ ਫਿਰ ਸਾਰੀਆਂ ਮੰਗਾਂ ਦੀ ਲੜਾਈ ਲੜੀ ਜਾਵੇ ਜਿਹੜੀਆਂ ਭਾਰਤ ਦੀਆਂ ਦੂਜੀਆਂ ਮੰਗਾਂ ਵੀ ਨੇ ਜਿਵੇਂ ਮਜ਼ਦੂਰਾਂ ਦਾ ਕਾਲਾ ਕਾਨੂੰਨ ਮਜ਼ਦੂਰਾਂ ਦੇ ਖਿਲਾਫ ਆਇਆ ਫਿਰ ਉਹਦੇ 'ਤੇ ਵੀ ਲੜੀ ਜਾਵੇ ਫਿਰ ਜਨਤਕ ਤੌਰ 'ਤੇ ਜਿਹੜਾ ਸਾਰਾ ਦੇਸ਼ ਲੁੱਟਿਆ ਗਿਆ ਹੈ ਜਿਹੜਾ ਸਾਰੇ ਦੇਸ਼ ਦੇ ਐਸੈਟਸ ਵੇਚੇ ਗਏ ਨੇ ਜਿਹੜੇ ਲੋਕਾਂ ਦੀ ਜ਼ਬਾਨਬੰਦੀ ਕੀਤੀ ਗਈ ਆ ਜਿਹੜੀਆਂ ਸਾਡੀਆਂ ਸੰਸਥਾਵਾਂ ਮਾਰ ਦਿੱਤੀਆਂ ਗਈਆਂ ਸਾਡਾ ਡੈਮੋਕ੍ਰੇਟਿਕ ਸਾਈਟ ਖੋਏ ਗਏ ਨੇ ਇਹ ਫਿਰ ਸਾਰੀਆਂ ਚੀਜ਼ਾਂ ਦੇ ਲਈ ਲੜਿਆ ਜਾਵੇ ਫਿਰ ਇਕੱਲੀ ਐਮ ਐਸ ਪੀ ਲਈ ਕਿਉਂ ਲੜਿਆ ਜਾਵੇ ਜਿਹੜਾ ਉਹ ਕਮਿਸ਼ਨ ਬਣਿਆ ਸੀਗਾ ਕਿਸਾਨਾਂ ਵਾਸਤੇ ਸਵਾਮੀਨਾਥਨ ਕਮਿਸ਼ਨ ਫਿਰ ਉਹਦੇ ਲਈ ਲੜਾਂਗੇ ਫਿਰ ਮੇਰਾ ਮਤਲਬ ਹੈ ਫਿਰ ਜੇ ਅਗਲੀ ਲੜਾਈ ਜਿਹੜੀ ਆ ਨਾ ਉਹ 2014 'ਚ ਜਿਹੜਾ ਬੀਜੇਪੀ ਏਜੰਡਾ ਲੈ ਕੇ ਆਈ ਸੀਗੀ ਵੀ ਅਸੀਂ ਦੇਸ਼ ਨੂੰ ਆਹ ਦੇਵਾਂਗੇ ਹੁਣ ਅਗਲੀ ਲੜਾਈ ਸਾਡੀ ਉਹ ਬਣਦੀ ਹੈ ਹੁਣ ਇਕੱਲੀ ਐਮ ਐਸ ਪੀ ਦੀ ਲੜਾਈ ਨਹੀਂ ਬਣਦੀ ਸਾਡੀ ਇਸ ਲਈ ਜੇ ਅਗਲੀ ਲੜਾਈ ਅਸੀਂ ਲੜਾਂਗੇ ਤਾਂ ਫਿਰ ਅਸੀਂ ਉਹ ਸਾਰੀ ਲੜਾਈ ਲੜਾਂਗੇ ਜਿਹੜੀ 2014 ਦੇ ਵਿੱਚ ਬੀਜੇਪੀ ਨੇ ਏਜੰਡਾ ਦਿੱਤਾ ਸੀ ਦੇਸ਼ ਨੂੰ ਜਿਸ ਤੋਂ ਭੱਜ ਗਏ ਜਿਸ ਤੋਂ ਮੁੱਕਰ ਗਏ ਉਸ ਤੋਂ ਬਾਅਦ ਉਹਨਾਂ ਨੇ ਦੇਸ਼ ਨੂੰ ਕੈਪਚਰ ਕੀਤਾ ਦੇਸ਼ ਨਾਲ ਜੋ ਕੁਛ ਕੀਤਾ ਉਹ ਲੜਾਈ ਫਿਰ ਉਹ ਲੜੀ ਜਾਊਗੀ ਉਹ ਹੋ ਸਕਦਾ ਫਿਰ ਇਹਨਾਂ ਜਥੇਬੰਦੀਆਂ ਦੀ ਅਗਵਾਈ 'ਚ ਨਾ ਲੜੀ ਜਾਵੇ ਉਹ ਦੇਸ਼ ਵਿੱਚ ਕੋਈ ਨਵੀਂ ਜਥੇਬੰਦ ਢਾਂਚਾ ਆਏਗਾ ਉਸ ਜਥੇਬੰਦ ਢਾਂਚੇ ਦੀ ਅਗਵਾਈ ਵਿੱਚ ਲੜੀ ਜਾਏਗੀ ਅਤੇ ਅਸੀਂ ਵੀ ਸ਼ਾਮਿਲ ਹੋਵਾਂਗੇ ਇਹਨਾਂ 'ਤੇ ਵਿਸ਼ਵਾਸ ਨਹੀਂ ਹੈ ਹਾਂਜੀ ਤੁਸੀਂ ਸਰ ਹੁਣ ਵਾਰੀ ਵਾਰੀ ਸਾਡੇ ਤੋਂ ਪੁੱਛਦੇ ਹੋ ਕਿ ਤੁਹਾਨੂੰ ਵਿਸ਼ਵਾਸ ਹੈ ਤੁਸੀਂ ਵੀ ਤਾਂ ਇੱਥੇ ਮੋਰਚੇ ਵਿੱਚ ਰਹੇ ਹੋ ਕਿਵੇਂ ਸਾਡਾ ਵਿਸ਼ਵਾਸ ਤੋੜਿਆ ਗਿਆ ਵਾਰ ਵਾਰ ਠੀਕ ਹੈ ਨਾ ਤੇ ਫਿਰ ਦੇਖੋ ਜਿਹੜਾ ਹਾਂ ਪੰਥ ਜੋ ਫੈਸਲਾ ਕਰੇਗਾ ਅਸੀਂ ਉਹੀ ਗੱਲ ਬਾਕੀ ਦੂਸਰਾ ਨੰਬਰ ਇੱਕ ਸਾਡੀ ਹੋਰ ਗੱਲ ਹੈ ਇੱਕ ਮੈਂ ਤੁਹਾਨੂੰ ਜੇ ਐਮ ਐਸ ਪੀ ਤੇ ਇੱਥੇ ਅਸੀਂ ਬੈਠਨੇ ਆ ਮਾਈਕ ਦੇ ਦਿਓ ਜੀ ਬਾਪੂ ਜੀ ਮਾਈਕ ਲੈ ਲਓ ਜੀ ਜੇ ਐਮ ਐਸ ਪੀ ਤੇ ਮੈਂ ਪੰਥ ਨੂੰ ਬੇਨਤੀ ਕਰਦਾ ਵੀ ਜੇ ਸਾਨੂੰ ਲੋਕ ਕਹਿੰਦੇ ਨੇ ਵੀ ਰੁਕ ਜਾਓ ਅਸੀਂ ਰੁਕਾਂਗੇ ਤੇ ਅਸੀਂ ਨਾਲ ਹੀ ਪੰਥ ਨੂੰ ਇਹ ਅਪੀਲ ਕਰਦੇ ਹਾਂ ਜਿਹੜੀ ਸਾਡੀ ਇਹਨਾਂ ਦੀ ਐਮ ਐਸ ਪੀ ਦੀ ਮੰਗ ਰਹੂ ਜੇ ਇੱਥੇ ਅਸੀਂ ਬੈਠਾਂਗੇ ਅਸੀਂ ਰੱਖਾਂਗੇ ਸਾਡੇ ਜਿਹੜੇ ਮਨਦੀਪ ਸਿੰਘ ਰਿਹਾ ਸਰਕਾਰ ਕਰੇ ਫਿਰ ਨਾਲ ਹੀ ਸੰਯੁਕਤ ਮੋਰਚਾ ਬੈਠੇ ਸਾਡੇ ਨਾਲ ਜਿਹੜੇ ਸਾਡੇ ਨਜਾਇਜ਼ ਬੰਦੀ ਕਰ ਰੱਖੇ ਨੇ ਜਿਨ੍ਹਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਸਕਦੀਆਂ ਉਹਨਾਂ ਨੂੰ ਕਿਹੜਾ ਕਾਨੂੰਨ ਕਹਿੰਦਾ ਵੀ ਤੁਸੀਂ ਉਹਨਾਂ ਨੂੰ ਬੰਦ ਕਰਕੇ ਰੱਖੋ ਦੱਸੋ ਮੈਨੂੰ ਕਿਹੜੇ ਦੇਸ਼ ਦਾ ਕਾਨੂੰਨ ਆ ਇਹ ਇੱਕ ਭਾਰਤ ਦਾ ਸਿੱਖਾਂ ਵਾਸਤੇ ਫਿਰ ਸਾਡੀ ਮੰਗ ਇਹ ਵੀ ਸ਼ਾਮਿਲ ਹੋਣੀ ਚਾਹੀਦੀ ਹੈ ਨਾਲ ਜੇ ਇਹਨਾਂ ਨੇ ਮੋਰਚਾ ਐਮ ਐਸ ਪੀ ਤੇ ਲਾਉਣਾ ਅਸੀਂ ਬ੍ਰੀਡ ਇੱਥੇ ਬਿਲਕੁਲ ਡਟ ਕੇ ਬੈਠਾਂਗੇ ਨਹੀਂ ਜਾਂਦੇ ਛੱਡ ਕੇ ਬਾਪੂ ਜੀ ਜਿਹੜੀਆਂ ਲੜਾਈਆਂ ਲੜਨ ਦੀ ਗੱਲ ਕੀਤੀ ਤੁਸੀਂ ਇਕੱਲੀ ਐਮ ਐਸ ਪੀ ਦੀ ਨਹੀਂ ਇਹ ਲੜਾਈ ਸਿਆਸੀ ਵੀ ਹੋ ਸਕਦੀ ਉਹਨਾਂ ਵਾਲੇ ਸਮੇਂ 'ਚ ਦੇਖੋ ਹਰ ਚੀਜ਼ ਨੂੰ ਤੁਸੀਂ ਸਿਆਸਤ ਨਾਲੋਂ ਅੱਡ ਕਰਕੇ ਵੇਖ ਹੀ ਨਹੀਂ ਸਕਦੇ ਮਾਈਕ ਲੈ ਲਓ ਜੀ ਮਾਈਕ ਹੁਣ ਤਾਂ ਸਿਆਸਤ ਚੱਲਣੀ ਹੈ ਸਾਰਾ ਕੁਝ ਸਿਆਸੀ ਹੀ ਚੱਲਣਾ ਸਿਆਸੀ ਵੀ ਚੱਲਣਾ ਇੰਨੇ ਚਿਰ ਤਾਂ ਸਿਆਸਤ ਹੋਈ ਚੱਲਣ ਦੀ ਜਮਨੀਤ ਬਿੱਟੂ ਨੇ ਕਿਹਾ ਸੀ ਵੀ ਜਦੋਂ ਕਾਨੂੰਨ ਰੱਦ ਕਰਨ ਦਾ ਐਲਾਨ ਸਰਕਾਰ ਕਰਦੀ ਹੈ
ਤਾਂ ਅਸੀਂ ਜਿਹੜੇ ਬੇਅੰਤ ਕਤਲਕਾਂਡ ਵਾਲੇ ਜਿਹੜੇ ਹੈਗੇ ਮੁੱਖ ਮੰਤਰੀ ਦੇ ਉਹ ਅਸੀਂ ਕੇਸ ਵਾਪਸ ਲਵਾਂਗੇ। ਉਹ ਵੀ ਅਸੀਂ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਅਸੀਂ ਸਾਰੇ ਬਾਬੂ ਜੀ ਬੈਠੇ ਨੇ, ਜਿਹੜਾ ਦੇਖੋ ਕਾਂਗਰਸ ਦਾ ਰਮਨੀਤ ਬਿੱਟੂ MP ਉਹਨੇ ਐਲਾਨ ਕੀਤਾ ਸੀ, ਇੱਥੇ ਖੜ ਕੇ ਮੂਵੀਆਂ ਕੱਢ ਕੇ ਦੇਖ ਲਓ ਵੀ ਜੇ ਸਰਕਾਰ 3 ਬਿੱਲ ਰੱਦ ਕਰਦੀ ਹੈ ਸਾਡਾ ਪਰਿਵਾਰ, ਮੈਂ ਆਪ ਜਾ ਕੇ ਖੁਦ ਪ੍ਰਧਾਨ ਮੰਤਰੀ ਨੂੰ ਇਹ ਕਹਾਂਗਾ ਕਿ ਰਾਜੋਆਣੇ ਨੂੰ ਭਾਈ ਹਵਾਰੇ ਦਾ ਵੀ ਉਹਨੇ ਨਾਂ ਲਿਆ, ਹਾਂਜੀ ਹਾਂਜੀ, ਉਹਦੇ ਸਣੇ ਸਾਰੀ ਇਸ ਕੇਸ ਵਿੱਚ ਜਿੰਨੇ ਵੀ ਇਨਵੋਲਵ ਨੇ ਸਾਰੇ ਉਹ ਬਾਬ ਸੱਦਣੇ ਚਾਹੀਦੇ ਨੇ। ਹੁਣ ਉਹ ਟਾਈਮ ਆ ਗਿਆ ਰਵਨੀਤ ਬਿੱਟੂ ਆਪਣੇ ਪਰਿਵਾਰ ਦੇ ਨਾਲ ਜਿਹੜਾ ਉਹ ਵਾਅਦਾ ਕੀਤਾ ਹੈ, ਲੋਕਾਂ ਨੂੰ ਕਿਹਾ ਬੋਲਿਆ, ਉਹਨੂੰ ਪਗਾਵੇ। ਜੇ ਉਹ ਨਹੀਂ ਪਗਾਉਂਦਾ ਫਿਰ ਇਹ ਹੁਣ ਪੰਥ ਨੂੰ ਸੋਚਣਾ ਚਾਹੀਦਾ, ਉਹਨਾਂ ਨੂੰ ਵੋਟਾਂ ਪਾ ਕੇ ਤੁਸੀਂ MP ਬਣਾਉਂਦੇ ਹੋ ਜਾਂ ਇਹਨਾਂ ਨੂੰ ਕੁਰਸੀਆਂ ਤੇ ਬਿਠਾਉਣੇ, ਫਿਰ ਇਹ ਪੰਥ ਨੇ ਸੋਚਣਾ ਗਾਹਾਂ ਇਹਨਾਂ ਦਾ ਕੀ ਕਰਨਾ। ਅਸੀਂ ਵਜਿੱਦਾਂ MSP ਦੇ ਨਾਲ ਅਸੀਂ ਕਹਿੰਦੇ ਹਾਂ ਵੀ ਸੰਯੁਕਤ ਮੋਰਚੇ ਨੂੰ ਅਪੀਲ ਕਰਦੇ ਹਾਂ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨਾਲ ਪੰਥ ਵੱਲੋਂ ਲਾਈ ਜਾਵੇ, ਅਸੀਂ ਤਿਆਰ ਹਾਂ ਬੈਠਣ ਨੂੰ। ਵੀ ਪੰਥ ਕੋਈ ਹੋਰ ਸਾਡੀ ਪੰਥ ਦੀ ਕੋਈ ਜ਼ਰੂਰੀ ਮੰਗ ਹੋਊਗੀ, ਸਾਨੂੰ ਪੰਥ ਵੱਲੋਂ ਆਦੇਸ਼ ਹੋਏਗਾ ਵੀ ਇਹ ਵਿੱਚ ਮੰਗ ਸ਼ਾਮਲ ਕੀਤੀ ਜਾਵੇ, ਅਤੇ ਅਸੀਂ ਉਹ ਮੰਗ ਵੀ ਫਿਰ ਮੋਰਚੇ ਤੋਂ ਉਮੀਦ ਕਰਦੇ ਹਾਂ ਕਿ ਉਹ ਵੀ ਇਹਦੇ ਵਿੱਚ ਸ਼ਾਮਲ ਟਵੀਟ ਕਰ ਦਿਓ ਗੱਲ ਬਈ। ਜੇ ਇੱਕ ਤਾਂ ਇਹ ਹੈਗਾ ਹੀ ਆ ਵੀ ਬੰਦੀ ਸਿੰਘਾਂ ਦੀ ਰਿਹਾਈ, ਜੇ ਪੰਥ ਵੱਲੋਂ ਸਾਨੂੰ ਕੋਈ ਹੋਰ ਆਦੇਸ਼ ਹੁੰਦਾ ਵੀ ਤੁਸੀਂ ਜੇ ਇਹਨਾਂ ਨਾਲ ਬੈਠਣਾ ਤਾਂ ਪੰਥਕ ਮਸਲੇ ਆ ਵੀ ਨੇ ਸਾਡੇ ਜਿਹੜੇ ਪੰਜਾਬ ਦੇ, ਉਹਨਾਂ ਨੂੰ ਵੀ ਇਸ ਮੋਰਚੇ ਦੇ ਵਿੱਚ ਨਾਲ ਸ਼ਾਮਿਲ ਕੀਤਾ ਜਾਵੇ ਅਤੇ ਅਸੀਂ ਆਪਣੇ ਵੱਲੋਂ ਉਹ ਮਾਮਲੇ ਵੀ ਸ਼ਾਮਿਲ ਕਰਵਾਵਾਂਗੇ। ਦੇਖੋ ਉਹਨਾਂ ਨੇ ਸਾਡੇ ਟੈਸਟ ਕਰ ਲਏ, ਅਸੀਂ ਉਹਨਾਂ ਦੇ ਕਰ ਲਏ, ਗਾਂਹ ਫਿਰ ਅੱਗੇ ਤੁਰਨਾ ਅਤੇ ਉਹਨਾਂ ਨੂੰ ਸਾਨੂੰ ਯਕੀਨ ਦਵਾਉਣਾ ਹੀ ਪਏਗਾ ਨਾ ਵੀ ਅਸੀਂ ਤੁਹਾਨੂੰ ਯਕੀਨ ਦਵਾਉਂਦੇ ਹਾਂ। ਅਤੇ ਯਕੀਨ ਦਵਾਉਣ ਦਾ ਇੱਕੋ ਇੱਕ ਤਰੀਕਾ ਹੈ ਵੀ ਸਾਡੀਆਂ ਮੰਗਾਂ ਸ਼ਾਮਿਲ ਕਰ ਲੈਣ, ਅਤੇ ਜਿੱਦਣ ਉਹ ਸਾਡੀਆਂ ਮੰਗਾਂ ਸ਼ਾਮਿਲ ਕਰ ਲੈਣਗੇ ਪੰਥ ਦੀਆਂ ਅਤੇ ਸਾਨੂੰ ਯਕੀਨ ਹੋ ਜਾਏਗਾ ਨਾ, ਫਿਰ ਅਸੀਂ ਉਹਦਾ ਹਿੱਸਾ ਹੋ ਜਾਵਾਂਗੇ ਉਸ ਮੋਰਚੇ ਦਾ। ਅੱਜ ਅਸੀਂ ਉਸ ਮੋਰਚੇ ਦਾ ਹਿੱਸਾ ਨਹੀਂ ਹੈਗੇ, ਜਿੱਦਣ ਉਹ ਸਾਡੀਆਂ ਮੰਗਾਂ ਵਿੱਚ ਸ਼ਾਮਿਲ ਕਰ ਲੈਣਗੇ ਉਦਣ ਅਸੀਂ ਉਸ ਮੋਰਚੇ ਦਾ ਹਿੱਸਾ ਹੋਵਾਂਗੇ ਬਰਾਬਰ। ਉਦਣ ਫਿਰ ਸਾਨੂੰ ਇਹ ਨਹੀਂ ਕੋਈ ਕਹਿ ਸਕਦਾ ਸੱਦੀ ਨਾ ਬੁਲਾਈ, ਨਹੀਂ ਅਸੀਂ ਤਾਂ ਸਹਿਯੋਗੀ ਹਾਂ, ਐਲਾਨੀਆਂ ਸਹਿਯੋਗੀ। ਪੰਥਕ ਜਥੇਬੰਦੀ ਨੇ ਅਗਵਾਈ ਨਹੀਂ ਕੀਤੀ, ਪੰਥਕ ਜਥੇਬੰਦੀਆਂ ਨੇ ਸਹਿਯੋਗ ਕੀਤਾ, ਸਹਿਯੋਗ ਦੇ ਵਿੱਚ ਸਾਰੀਆਂ ਪੰਥਕ ਜਥੇਬੰਦੀਆਂ ਸ਼ਾਮਿਲ ਹੋਈਆਂ ਨੇ। ਅਗਵਾਈ ਕਿਸਾਨ ਮੋਰਚੇ ਦੀ ਸੀ, ਉਹਨਾਂ ਨੇ ਐਲਾਨੀਆਂ ਕਹਿ ਰੱਖਿਆ ਸੀ ਵੀ ਇਹ ਕਿਸਾਨ ਮੋਰਚੇ ਦਾ ਹੈ। ਇੱਕ ਤੁਹਾਨੂੰ ਯਾਦ ਹੋਏਗਾ ਇੱਥੇ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਹੋਈ ਸੀਗੀ ਵੀ ਇਹ ਪੰਥ ਬਨਾਮ ਕਾਮਰੇਡਾਂ ਦਾ ਵੀ ਕੋਈ ਇੱਕ ਇਸ਼ੂ ਹੈਗਾ, ਨੈਰੇਟਿਵ ਬਣਾਇਆ ਗਿਆ ਸੀ, ਅਸੀਂ ਉਹਨੂੰ ਬਿਲਕੁਲ ਤੋੜਿਆ ਵੀ ਨਾ ਤਾਂ ਇੱਥੇ ਪੰਥ ਬਨਾਮ ਕੋਈ ਕਾਮਰੇਡ ਹੈਗਾ, ਨਾ ਪੰਥ ਇਸ ਮੋਰਚੇ ਦੇ ਹਿੱਸਾ ਹੈਗਾ, ਅਸੀਂ ਸਹਿਯੋਗੀ ਹੈਗੇ ਹਾਂ। ਸਹਿਯੋਗ ਸਾਡਾ ਇਸ ਕਰਕੇ ਬਣਦਾ ਹੈ ਕਿਉਂਕਿ ਕਿਸਾਨ ਇਸ ਵੇਲੇ ਮਜ਼ਲੂਮ ਆ, ਸਿੱਖ ਨੇ ਹਮੇਸ਼ਾ ਮਜ਼ਲੂਮ ਨਾਲ ਖੜੇ ਹੋਣਾ, ਅਸੀਂ ਮਜ਼ਲੂਮ ਨਾਲ ਖੜੇ ਹਾਂ ਔਰ ਉਹਨਾਂ ਚਿਰ ਖੜੇ ਹਾਂ ਜਿੰਨਾ ਚਿਰ ਕਾਨੂੰਨ ਵਾਪਸ ਨਹੀਂ ਹੁੰਦੇ। ਸਾਡਾ ਟਾਰਗੇਟ ਕਾਨੂੰਨ ਵਾਪਸ ਕਰਾਉਣਾ ਸੀ, ਉਸ ਤੋਂ ਬਾਅਦ ਜੇ ਐਡ ਹੁੰਦੀਆਂ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਜੇ ਸਾਨੂੰ ਸ਼ਾਮਿਲ ਕਰਦੇ ਆ, ਜੇ ਸਹਿਯੋਗੀ ਦੇ ਤੌਰ 'ਤੇ ਅਸੀਂ ਜਿੰਨਾ ਕਰਨਾ ਸੀ ਕਰਤਾ, ਹੁਣ ਜੇ ਅਸੀਂ ਅਗਲੀ ਲੜਾਈ ਦੇ ਵਿੱਚ ਸਾਨੂੰ ਸ਼ਾਮਿਲ ਕਰਦੇ ਆ, ਹਿੱਸਾ ਬਣਾਉਂਦੇ ਆ, ਅਤੇ ਉਹਦੇ ਹਿੱਸੇ ਦੇ ਵਿੱਚ ਅਸੀਂ ਹਿੱਸੇਦਾਰ ਦੇ ਤੌਰ 'ਤੇ ਆਪਣੀਆਂ ਮੰਗਾਂ ਵੀ ਸ਼ਾਮਿਲ ਕਰਵਾਵਾਂਗੇ, ਅਤੇ ਜੇ ਉਹ ਸਾਡੀਆਂ ਮੰਗਾਂ ਸ਼ਾਮਿਲ ਕਰ ਲੈਂਦੇ ਹਿੱਸੇਦਾਰ ਦੇ ਤੌਰ 'ਤੇ ਅਸੀਂ ਬੈਠ ਜਾਵਾਂਗੇ ਉਹਨਾਂ ਦੇ ਨਾਲ। ਅਤੇ ਅਸੀਂ ਇਹੀ ਬੇਨਤੀ ਹੈ ਪੰਥ ਨੂੰ, ਤੁਹਾਡਾ ਜੋ ਪੰਥ ਦਾ ਹੁਕਮ ਹੋਊਗਾ ਅਸੀਂ ਉਹ ਸਿਰ ਮੱਥੇ ਮੰਨਣਾ। ਦੇਖੋ ਜਿਹੜਾ ਅਸੀਂ ਵਚਨ ਕੀਤਾ ਸੀ ਉਹ ਪਗਾ ਰਹੇ ਹਾਂ, ਜਦੋਂ ਵੀ ਬਿੱਲ ਆ ਜਾਂਦੇ ਨੇ ਉਦੋਂ ਪੰਥ ਨੇ ਫੈਸਲਾ ਲੈਣਾ, ਜੋ ਵੀ ਸਾਨੂੰ ਪੰਥ ਨੇ ਹੁਕਮ ਕਰਨਾ ਅਸੀਂ ਪੰਥ ਦੀਆਂ ਜਿਹੜੀਆਂ ਜਥੇਬੰਦੀਆਂ ਨੇ, ਪੰਥ ਨੇ ਸਾਡੇ ਉੱਤੇ ਭਰੋਸਾ ਕੀਤਾ, ਸਾਨੂੰ ਵੱਡਾ ਨਿਹੰਗ ਸਿੰਘ ਜਥੇਬੰਦੀਆਂ ਨੂੰ ਮਾਣ ਬਖਸ਼ਿਸ਼ ਕੀਤਾ ਸਾਰਿਆਂ ਨੇ, ਜੋ ਵੀ ਅਗਲੀ ਰਣਨੀਤੀ ਆ ਸਾਰਿਆਂ ਨਾਲ ਜਿਹੜੀ ਵੀ ਹੈ ਬੈਠ ਕੇ ਸਾਰਿਆਂ ਦੇ ਜਿਹੜੇ ਆਪਣੇ ਸੁਝਾਅ ਪੰਥ ਦੇ ਲੈ ਜਾਣਗੇ ਉਹ ਕਿਵੇਂ ਆ। ਫਿਲਹਾਲ ਇਹੀ ਐਲਾਨ ਸੀਗਾ ਸਾਡਾ ਵੀ ਇੱਥੇ ਜਿਹੜੇ 3 ਕਾਨੂੰਨ ਨੇ ਉਹ ਰੱਦ ਹੋਣਗੇ ਤਾਂ ਇੱਥੋਂ ਜਾਊਗਾ ਖਾਲਸਾ, ਜੇ ਅਗਲੀ ਰਣਨੀਤੀ ਕੋਈ ਤਿਆਰ ਕਰਨੀ ਆ ਫਿਰ ਉਹਦੀ, ਜਿੱਥੇ ਅਸੀਂ ਹੁਣ ਸਹਿਯੋਗੀ ਹੋ ਕੇ ਲੜੇ ਹਾਂ ਫਿਰ ਅਸੀਂ ਬਰਾਬਰ ਦੀ ਧਿਰ ਬਣ ਕੇ ਲੜਾਂਗੇ, ਫਿਰ ਉਹਦੇ ਵਿੱਚ ਪੰਥ ਦੀਆਂ ਜਿਹੜੀਆਂ ਮੁੱਖ ਮੰਗਾਂ ਨੇ ਅਸੀਂ ਉਹ ਵੀ ਸ਼ਾਮਿਲ ਕਰਾਵਾਂਗੇ, ਕਿਉਂ ਜਦੋਂ ਬਰਾਬਰ ਦਾ ਧੜਾ ਕੋਈ ਬਣਦੇ ਫਿਰ ਉਹਨੂੰ ਹੱਕ ਹਰੇਕ ਨੂੰ ਬਣਦਾ। ਹੁਣ ਤੱਕ ਅਸੀਂ ਨੇ ਕਿਸਾਨੀ ਮੰਗਾਂ ਹੀ ਰੱਖੀਆਂ ਨੇ ਮੁੱਖ, ਪੰਥ ਦੀ ਕੋਈ ਵੀ ਇਹਦੇ ਵਿੱਚ ਮੰਗ ਨਹੀਂ ਰੱਖੀ ਗਈ। 3 ਕਾਨੂੰਨਾਂ 'ਤੇ ਲੜੇ ਹਾਂ ਵੀ 3 ਕਾਨੂੰਨ ਰੱਦ ਹੋਣਗੇ, ਅਸੀਂ ਪੰਥ ਨੇ ਸਾਡੇ ਉੱਤੇ ਵਿਸ਼ਵਾਸ ਕੀਤਾ ਨਿਹੰਗ ਸਿੰਘ ਜਥੇਬੰਦੀਆਂ ਉੱਤੇ, ਅਸੀਂ ਆਪਦਾ ਜਿਹੜਾ ਪੰਥ ਦਾ ਮਾਣ ਰੱਖਿਆ ਵਿਸ਼ਵਾਸ ਟੁੱਟਣ ਨਹੀਂ ਦਿੱਤਾ ਉਦੋਂ ਤੱਕ ਜਦੋਂ ਤੱਕ ਇਹ ਬਿੱਲ ਕਾਨੂੰਨੀ ਕਿਰਪਰਿਆ ਨਹੀਂ ਪੂਰੀ ਕਰ ਲੈਂਦੇ, ਕਾਗਜ਼ੀ ਪੱਤਰ ਨਹੀਂ ਆ ਜਾਂਦੇ ਸਾਡੇ ਕੋਲ,
ਤੇ ਦੁਬਾਰਾ ਫੇਰ ਮੈਂ ਦੱਸਦਾ ਵੀ ਜੇ ਸਾਨੂੰ ਦੁਬਾਰਾ ਫੇਰ ਇਹਦੇ ਵਿੱਚ ਕਹਿ ਇੱਥੇ ਪੰਥ ਵੱਲੋਂ ਅਪੀਲ ਆਉਂਦੇ ਆ ਜਾਂ ਲੋਕਾਂ ਵੱਲੋਂ ਵੀ ਬੈਠੋ ਤੁਸੀਂ ਹਜੇ ਨਹੀਂ ਜਾਣਾ ਐਮ ਐਸ ਪੀ ਦਾ ਮਾਮਲਾ ਜਾਂ ਹੋਰ ਆ ਅਸੀਂ ਬੈਠਾਂਗੇ ਬਰਾਬਰ ਦੀ ਧਿਰ ਬਣ ਕੇ ਤੇ ਉਹਦੇ ਵਿੱਚ ਪੰਥ ਦੀਆਂ ਮੰਗਾਂ ਵੀ ਫਿਰ ਸ਼ਾਮਿਲ ਕੀਤੀਆਂ ਜਾਣ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਹੋਵੇ ਬਸ ਆਹ ਗੱਲ ਆ ਸਾਡਾ खत्म हो गया तीन बिल रद्द खत्म हो गया एम एस पी तो है एम एस पी कौन कहना टुट गई हूं जेडिया दूजिया दिड़े भी आ जाने उन्होंने अपील करती देखो पहला जेडिया मजदूर जथेबंदियां असि इथे की मार नारा लाया किसान मजदूर एकता जिंदाबाद ते हुण तक किसे मजदूर दा मैं समझना भी कोई लीडर कोई भी दिखा दो उन्हां नूं तां असि इक वरत्या ही है तुसीं पंथ दी बार बार गल करदे हो साडे ते पंथां ऐ करदा पंथ जेडे मजदूर नूं हुण तक वरत्या इन्हां ने जिहदा नां लैंदे रहे ने हुण तक साल दा उन्हां दा इक वी लीडर दिखा दो ਉਹਨਾਂ ਦੀ ਕਿਹੜੀ ਮੰਗ ਪੂਰੀ ਕਰਤੀ ਵਿਚਾਰਿਆਂ ਦੀ ਵੀ ਉਹਨਾਂ ਦੇ ਖਿਲਾਫ ਉਹਨਾਂ ਨੂੰ ਕਿਉਂ ਐਵੇਂ ਧੱਕੇ ਨਾਲ ਹੀ ਸ਼ਾਮਿਲ ਕੀਤਾ ਗਿਆ ਸਾਨੂੰ ਤਾਂ ਧੱਕੇ ਮਾਰ ਕੱਢ ਦਿੱਤੇ ਇਹ ਪੰਥ ਨੂੰ ਤੇ ਉਹ ਮਜ਼ਦੂਰ ਨਾਂ ਦਾ ਉਹੀ ਨੌਂ ਸਾਲ ਵਰਤਦੇ ਰਹੇ ਨੇ ਉਹਨਾਂ ਦੀ ਮੰਗ ਦਿਖਾਓ ਇੱਕ ਵੀ ਉਹਨਾਂ ਦੀ ਕਿਹੜੀ ਸ਼ਾਮਿਲ ਕਰੀ ਇਹਨਾਂ ਦੇ ਸਾਡੇ ਤੁਸੀਂ ਵਾਰ ਵਾਰ ਪੱਤਰਕਾਰ ਕਹਿ ਐਂ ਕਰ ਦਿਓ ਐਂ ਕਰਦੇ ਹੋ ਪੰਥ ਉਹਦਾ ਜਵਾਬ ਦਿਓ ਉਹਨੂੰ ਪੱਤਰਕਾਰ ਦੇ ਜਵਾਬ ਦਾ ਉਸ ਗੱਲ ਦਾ ਜਵਾਬ ਦੇ ਬਾਬਾ ਜੀ ਜੇ ਖੇਤੀ ਕਿਉਂ ਰੱਦ ਹੁੰਦੇ ਆ ਤਾਂ ਇੱਕ ਮਿੰਟ ਜੀ ਮੀਡੀਆ ਨੂੰ ਸਵਾਲ ਕਰਨ ਦਿਓ ਜੇ ਖੇਤੀ ਕਿਉਂ ਰੱਦ ਹੁੰਦੇ ਆ ਜ਼ਮੀਨਾਂ ਕਿਸਾਨਾਂ ਕੋਲ ਰਹਿਣਗੀਆਂ ਤਾਂ ਮਜ਼ਦੂਰ ਮਜ਼ਦੂਰੀ ਕਰ ਸਕਣਗੇ ਜੇ ਜ਼ਮੀਨਾਂ ਹੀ ਕਾਰਪੋਰੇਟ ਘਰਾੜੇ ਲੈਂਦੇ ਉਹ ਮਸ਼ੀਨਾਂ ਜਿਹੜੀਆਂ ਸੀਗੀਆਂ ਮਜ਼ਦੂਰ ਦੀ ਵੀ ਨਾਲ ਹੀ ਜਿੱਤ ਹੋਈ ਹੈ ਦੇਖੋ ਮਜ਼ਦੂਰ ਦੀ ਜਿੱਤ ਹੋਈ ਹੈ ਨਾ ਕੋਈ ਮਜ਼ਦੂਰ ਲੀਡਰ ਤਾਂ ਕੋਈ ਆਇਆ ਨਹੀਂ ਇਹਨਾਂ ਦੇ ਵਿੱਚ ਉੱਤੇ ਉਹ ਤਾਂ ਕੈਂਟ ਲੱਗੇ ਪਏ ਮੇਰੇ ਖਿਆਲ ਸਾਨੂੰ ਉਧਰ ਨਹੀਂ ਜਾਣਾ ਚਾਹੀਦਾ ਮੇਰੇ ਖਿਆਲ ਸਾਡੀ ਗੱਲ ਤੇ ਇਹ ਗੱਲ ਵੀ ਦੇਖੋ ਮਜ਼ਦੂਰਾਂ ਦੀ ਮੈਨੂੰ ਐ ਮਜ਼ਦੂਰ ਦੀ ਕਿਹੜੀ ਮੰਗ ਪੂਰੀ ਹੋਈ ਆ ਇੱਕ ਸਰਕਾਰੀ ਸਰਕਾਰ ਨੇ ਇਹ ਹੁਣ ਐਲਾਨ ਕੀਤਾ ਵੀ ਅਸੀਂ ਜੇ ਸਰਕਾਰ 17,000 ਰੁਪਇਆ ਦੇਂਦੀ ਆ ਤਾਂ ਮਜ਼ਦੂਰ ਨੂੰ ਵੀ 10,000 ਰੁਪਇਆ ਦਿੱਤਾ ਜਾਊਗਾ ਤੇ ਸਾਡੇ ਖੇਤਾਂ ਦੇ ਵਿੱਚ ਤਾਂ ਸਾਡੇ ਦੇਖੋ ਅਸੀਂ ਮਜ਼ਦੂਰਾਂ ਨਾਲ ਇਹਨਾਂ ਕੀ ਹਾਲ ਕਰਿਆ ਉੱਥੇ ਤੇ ਉਹਨਾਂ ਦੀ ਵੀ ਜਦੋਂ ਫਸਲ ਵੱਢਣੀ ਆਉਂਦੀ ਆ ਉਹਨਾਂ ਨੂੰ ਵੀ ਇਹ ਮਤਾ ਨਹੀਂ ਪਾਉਣਾ ਚਾਹੀਦਾ ਕਿਸਾਨ ਸਹਿਯੋਗਤਾ ਮੋਰਚੇ ਵੱਲੋਂ ਵੀ ਮਜ਼ਦੂਰਾਂ ਦੀ ਇੰਨੀ ਪੱਕੀ ਦਿਹਾੜੀ ਕਰਤੀ ਅਸੀਂ ਮਜ਼ਦੂਰਾਂ ਨਾਲ ਖੜੇ ਆ ਉਹ ਤਾਂ ਹੈਗੇ ਹਰੇਕ ਰਾਜਾਂ ਦੇ ਵਿੱਚ ਜਿਵੇਂ ਬਿਹਾਰ 'ਚ ਵੱਖਰੀ ਦਿਹਾੜੀ ਹੈ ਪੰਜਾਬ 'ਚ ਵੱਖਰੀ ਦਿਹਾੜੀ ਹੈ ਹਰਿਆਣੇ 'ਚ ਪੱਕੀ ਕਰਨੀ ਚਾਹੀਦੀ ਮਜ਼ਦੂਰਾਂ ਦੀ ਗਲਤੀ ਕਰਨਾ ਫਿਰ ਸਾਨੂੰ ਮਜ਼ਦੂਰਾਂ ਦੀ ਕਰਨੀ ਚਾਹੀਦੀ ਇਸ ਕਰਕੇ ਅਸੀਂ ਕਹਿੰਦੇ ਵੀ ਜੇ ਪੰਥ ਸਾਨੂੰ ਦੁਬਾਰੇ ਕਹੂਗਾ ਅਸੀਂ ਬੈਠੇ ਆ ਜਿਵੇਂ ਸਾਰਿਆਂ ਦਾ ਹੋਊਗਾ ਅਸੀਂ ਬਿਲਕੁਲ ਅਸੀਂ ਡੱਟੇ ਬੈਠੇ ਨਹੀਂ ਜਾਂਦੇ ਠੀਕ ਹੈ ਉਹ ਦੇ ਦਿਓ ਜੀ ਬਾਪੂ ਜਵਾਬ ਮੋਢੇ ਵਾਲਾ ਉਹਦਾ ਕਿਹਾ ਮੋਢਾ ਬਸ ਮੋਢੇ ਦੇਖੋ ਮੋਢਾ ਵਰਤਨ ਦੀ ਗੱਲ ਇਹ ਹੁੰਦੀ ਆ ਜੇ ਬਾਹਰ ਖੜ ਕੇ ਕੋਈ ਤਮਾਸ਼ਾ ਵੇਖਦਾ ਹੋਵੇ ਨਾ ਫਿਰ ਉਹ ਐਂਟਰੀ ਕਰੇ ਤੇ ਫਿਰ ਮੋਢਾ ਵਰਤਦਾ ਅਸੀਂ ਨਾਲ ਬਹਿ ਕੇ ਲੜੇ ਆ ਉਹਨਾਂ ਦੇ ਮੋਢਾ ਵਰਤਨ ਵਾਲਾ ਕਿਹੜਾ ਮਾਮਲਾ ਇਹਦੇ 'ਚ ਅਸੀਂ ਤਾਂ ਅੱਜ ਤੱਕ ਜਿਹੜੀ ਲੜਾਈ ਲੜੀ ਆ ਉਹਨਾਂ ਦੀ ਸੇਵਾ ਹੀ ਕੀਤੀ ਇੱਥੇ ਬਹਿ ਕੇ ਤੇ ਜੇ ਉਹ ਸਾਡੇ ਤੋਂ ਅਗਲੇ ਗਾਂ ਵੀ ਸਾਡੇ ਤੋਂ ਸਹਿਯੋਗ ਚਾਹੁੰਦੇ ਨੇ ਤੇ ਫਿਰ ਉਹਨੂੰ ਸਹਿਯੋਗ ਦੇਣ ਵੀ ਨਾ ਸਾਨੂੰ ਵੀ ਸਾਡੇ ਪੰਥਕ ਤੇ ਪੰਥਕ ਮਸਲੇ ਆ ਜਿਹੜੇ ਛੱਬੀ ਵਾਲਾ ਨਾ ਹੋਵੇ ਉਹਨਾਂ ਹਿਸਾਬ ਤਾਂ ਹੋਵੇ ਕਿ ਇਹਨਾਂ ਨੂੰ ਫਿਰ ਓਦਾਂ ਜਿੱਦਾਂ ਗਦਾਰੀਆਂ ਪੈ ਜਾਣ ਜਿਵੇਂ ਤਿੰਨ ਕਾਨੂੰਨ ਵਾਲੀ ਗੱਲ ਚੱਲਦੀ ਆ ਬਾਬਾ ਜੀ ਕਰੋ ਤਿੰਨ ਕਾਨੂੰਨ ਵਾਲੀ ਗੱਲ ਚੱਲਦੀ ਆ